ਕੋਈ ਗੱਲ ਨਹੀਂ, ਐਤਕੀ ਤਾਂ ਆਉਂਗੀ। ਸਲਾਹ ਤਾਂ ਹੈਗੀ ਆ, ਬਸ ਕਈ ਵਾਰੀ ਕੰਮ ਧੰਦਾ ਹੋ ਜਾਂਦਾ। ਪਿਛਲੀ ਵਾਰੀ ਤਾਂ ਨਹੀਂ ਆਇਆ ਗਿਆ, ਤੈਨੂੰ ਪਤਾ ਹੀ ਆ, ਆਪਣੀ ਜਿਹੜੀ ਮੇਰੀ ਭੂਆ ਸੱਸ ਆ ਉਹਨਾਂ ਦੇ ਥੋੜ੍ਹਾ ਜਿਹਾ ਕੁਛ ਹੋਇਆ ਸੀਗਾ। ਮੈਂ ਕਿਹਾ ਚੱਲ ਫਿਰ ਕਾਹਨੂੰ ਐਂ ਕਹਿਣਗੇ ਵੀ ਇਹਨੂੰ ਰੱਖੜੀਆਂ ਦਾ ਚਾਅ ਚੜਿਆ ਹੋਇਆ, ਹੋਰ ਕੋਈ ਕੰਮ ਨਹੀਂ। ਉਹ ਇਸ ਵਾਰੀ ਤਾਂ ਪੱਕਾ ਆਉਂ ਰੱਖੜੀ ਤੇ। ਚੱਲ ਚੰਗਾ ਵੀ, ਠੀਕ ਹੈ, ਚੰਗਾ। ਹੁਣ ਮਜ਼ਾ ਆ ਗਿਆ ਇਹਨੂੰ ਮਚਾਉਣ ਦਾ। ਹੁਣ ਕਰਦੀ ਇਹਦੇ ਨਾਲ ਗੱਲ। ਦੱਸ, ਵੀਰਾ ਕਹਿੰਦਾ ਰੱਖੜੀ ਤੇ ਆ ਜੀ। ਕਿਹਦਾ ਫੋਨ ਆ ਰਿਹਾ ਸੀ? ਉਹ ਤਾਂ ਮੇਰੇ ਭਰਾ ਦਾ ਫੋਨ ਸੀਗਾ। ਪਿਛਲੇ ਸਾਲ ਵੀ ਰੱਖੜੀ ਤੇ ਜਾਇਆ ਨਹੀਂ ਗਿਆ, ਕਹਿੰਦੇ ਇਸ ਵਾਰੀ ਤਾਂ ਆ ਜੀ, ਵੀ ਚਾਹੇ ਜਿੰਨਾ ਮਰਜ਼ੀ ਕੋਈ ਅੜਿੱਕਾ ਫੜਿੱਕਾ ਹੋਵੇ। ਮੈਂ ਕਿਹਾ ਚੱਲ ਕੋਈ ਨਾ, ਇਸ ਵਾਰੀ ਤਾਂ ਆਉਂਗੀ ਔਖੇ ਸੌਖੇ। ਮੈਂ ਵੀ ਤੈਨੂੰ ਆਈ ਕਹਿਣ ਆਈ ਸੀਗੀ। ਇੱਕ ਤਾਂ ਮੇਰੀ ਸਿਹਤ ਜੀ ਨਹੀਂ ਠੀਕ ਹੈਗੀ, ਤੈਨੂੰ ਪਤਾ ਹੈ ਨਾ। ਤੂੰ ਨਾ ਇੱਕ ਅੱਧਾ ਦਿਨ ਜਾਂ ਤਾਂ ਪਹਿਲਾਂ ਲੱਗ ਜਾ ਜਾਂ ਬਾਅਦ ਚੋਂ ਚੱਲ ਜੀ, ਕਿਉਂਕਿ ਫਿਰ ਮੈਨੂੰ ਤਾਂ ਟਾਈਮ ਲੱਗ ਜਾਂਦਾ ਹੁੰਦਾ। ਮੈਂ ਤਾਂ ਆਪਦੀ ਪਸੰਦ ਦੇ ਕੱਪੜੇ ਲੈ ਕੇ ਆਉਣੇ ਹੁੰਦੇ ਨਾ, ਨਾਲੇ ਮੈਂ ਤਾਂ ਇਸ ਵਾਰ ਭਾਬੀ ਨੂੰ ਕਹਿ ਤਾ ਵੀਰੇ ਨੂੰ ਵੀ ਮੇਰੇ ਤਾਂ 7-8 ਹਜ਼ਾਰ ਵਾਲਾ ਸੂਟ ਲੈਣਾ, ਵੀ ਉਦੋਂ ਘੱਟ ਤਾਂ ਭਈ ਆਪਾਂ ਲੈਣਾ ਨਹੀਂ ਹੈਗਾ। ਠੀਕ ਹੈ ਨਾ, ਰਹਿੰਦੀ ਗੱਲ ਹੋਰ, ਜੇ ਪੈਸੇ ਪੂਸੇ ਦੇਣੇ ਆ ਕੋਈ ਗਿਫਟ ਵਗੈਰਾ ਦੇਣੇ ਆ ਉਹ ਤੁਹਾਡੀ ਮਰਜ਼ੀ ਆ, ਹੈ ਨਾ। ਤੇ ਫਿਰ ਤੂੰ ਦੱਸ ਕਿਵੇਂ ਕਰੇਂਗੀ ਹੁਣ? ਕੋਈ ਗੱਲ ਨਹੀਂ, ਤੂੰ ਦੇਖ ਲੈ ਵੀ ਤੂੰ ਪਹਿਲਾਂ ਜਾਣਾ ਕਿ ਮੈਂ ਜਾਵਾਂ। ਐ ਤਾਂ ਕੀ ਹੁੰਦਾ, ਅੱਗੇ ਪਿੱਛੇ ਜੇ ਜਾ ਆਵਾਂਗੇ ਆਪਾਂ। ਪਰ ਤੂੰ ਤਾਂ ਰਹਿੰਦੀ ਵੀ ਨਹੀਂ ਹੁੰਦੀ ਹੈ ਨਾ, ਇਹ ਵੀ ਮੁੜਿਆ ਨਹੀਂ ਹੈਗੀ। ਸਾਲ ਹੋ ਗਿਆ ਕੰਮੋ, ਮੈਂ ਇਸ ਵਾਰੀ ਤਾਂ ਰਹਿ ਕੇ ਆਉਂਗੀ, ਰੱਖੜੀਆਂ ਤੋਂ ਪਹਿਲਾਂ ਦੀ ਗਈ ਹੋਈ ਆ ਮੈਂ। ਨਾਲੇ ਤੂੰ ਇੰਨਾ ਮਹਿੰਗਾ ਸੂਟ ਕੀ ਕਰਨਾ, ਵਿਆਹ ਸ਼ਾਦੀ ਚ ਪੈਂਦਾ 7-8 ਹਜ਼ਾਰ ਵਾਲਾ ਸੂਟ, ਘਰੇ ਪਾਉਣ ਵਾਲਾ ਲੈ ਆਈ ਕੋਈ 200-400 ਦਾ। ਕਿਉਂ 200-400? ਮੇਰੇ ਪੇਕਿਆਂ ਦੇ ਕਿਹੜਾ ਕੁਛ ਹੈ ਨੀਗਾ, ਕਮਾਲ ਕਰਦੀ ਹੈਗੀ। ਪਤਾ ਵੀ ਲੱਗੇ ਆਸ ਗੁਆਂਢ ਨੂੰ ਵੀ ਹਾਂ ਭਾਈ ਤਕੜੇ ਘਰ ਦੀ ਹੈਗੀ। ਹੁਣ ਜਿਹਦੇ ਹੈ ਹੀ ਨੀ ਕੁਛ ਉਹ ਕਿੱਥੋਂ ਦੇਣਗੇ, ਉਹ ਤਾਂ 200-400 ਵਾਲੀ ਦੇਣਗੇ। ਨਹੀਂ ਨਹੀਂ ਮੇਰਾ ਵੀਰਾ ਐਵੇਂ ਤਾਂ ਨਾ ਬਹੁਤ ਵਧੀਆ ਸੂਟ ਲੈ ਕੇ ਆਉਂਦਾ ਹੁੰਦਾ ਮੇਰੇ ਵਾਸਤੇ, ਤੇ ਸੂਟ ਤਾਂ ਸੂਟ ਜਿੰਨੇ ਵੀ ਉਹ ਤਾਂ ਪੈਸੇ ਸਰਦੇ ਨੇ ਨਾ ਮੇਰੇ ਖਾਤੇ ਚ ਜਮਾ ਕਰਾ ਦਿੰਦਾ ਹਰ ਇੱਕ ਰੱਖੜੀ ਤੇ। ਅੱਛਾ ਫਿਰ ਤਾਂ ਬਾਬਾ ਪੈਸੇ ਹੋ ਗਏ ਹੋਣਗੇ ਹਨਾ। ਤੇ ਫਿਰ ਜਦੋਂ ਤੂੰ ਬਿਮਾਰ ਹੋਈ ਸੀਗੀ ਤੇ ਫਿਰ ਉਦੋਂ ਕਢਾ ਲੈਣੇ ਸੀ ਪੈਸੇ? ਮੈਂ ਨਹੀਂ ਕਢਵਾਏ ਹੈਗੇ, ਵੀ ਕੋਈ ਗੱਲ ਨਹੀਂ, ਜਮਾ ਨੇ ਜਮਾ ਪਏ ਰਹਿਣ ਦੇ। ਉਹ ਤਾਂ ਤੁਸੀਂ ਮੰਗਦੇ ਫਿਰਦੇ ਸੀਗੇ। ਚੱਲ ਕੋਈ ਨਾ ਛੱਡ, ਨਾਲੇ ਮੈਂ ਸੂਟ ਵਾਲੀ ਗੱਲ ਤੈਨੂੰ ਨਹੀਂ ਕਹਿੰਦੀ ਹੈਗੀ। ਹੁਣ ਤੇਰੇ ਪੇਕਿਆਂ ਨੇ ਤੈਨੂੰ ਆਪਦੀ ਹੈਸੀਅਤ ਨਾਲ ਦੇਣਾ ਹਨਾ, ਮੇਰੇ ਪੇਕਿਆਂ ਨੇ ਮੈਨੂੰ ਮੇਰੀ ਹੈਸੀਅਤ ਨਾਲ ਦੇਣਾ ਗਾ, ਉਹ ਤਾਂ ਫਰਕ ਹੁੰਦਾ। ਚੱਲ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਤੇ ਹੁਣ ਤਾਂ ਜੇ ਤੂੰ ਤੇਰੇ ਕੋਲ ਸੂਟ ਸੈੱਟ ਨਹੀਂ ਹੈਗਾ ਮੇਰੇ ਪਏ ਆ ਪਹਿਲਾਂ ਵਾਲੇ ਪਾ ਵੀ ਜਾਈ, ਐਂ ਤਾਂ ਕੁਛ ਨਹੀਂ ਹੁੰਦਾ ਗਾ। ਵੀ ਤੂੰ ਸੋਹਣਾ ਸੂਟ ਪਾ ਕੇ ਜਾਣਾ, ਤੂੰ ਤਾਂ ਕਿਉਂਕਿ ਆਹੀ ਪਾ ਜਾਂਦੀ ਫੁੱਲਾਂ ਫੁੱਲਾਂ ਜਿਹੇ ਵਾਲੇ। ਨਾ ਨਾ ਮੈਂ ਪੁਰਾਣਾ ਸੂਟ ਥੋੜੀ ਪਾ ਕੇ ਜਾਊਂਗੀ, ਮੈਂ ਇਹਨਾਂ ਨੂੰ ਕਿਹਾ ਸੀਗਾ ਇਸ ਵਾਰੀ ਮੈਨੂੰ ਇਹ ਨਵਾਂ ਸੂਟ ਲੈ ਕੇ ਦੇਣਗੇ, ਨਵਾਂ ਸੂਟ ਹੀ ਮੈਂ ਪਾ ਕੇ ਜਾਊਂ। ਮੈਂ ਵੀ ਕੱਲ ਨੂੰ ਜਾਣਾਗਾ ਸੂਟ ਲੈਣ, ਜੇ ਤੂੰ ਜਾਣਾ ਹੋਵੇ ਮੇਰੇ ਨਾਲ ਹੀ ਚੱਲ ਵੜੀ। ਹਾਂ ਕੋਈ ਗੱਲ ਨਹੀਂ, ਜੇ ਤਾਂ ਇਹਨਾਂ ਨੂੰ ਪੈਸੇ ਮਿਲ ਗਏ ਫਿਰ ਤਾਂ ਕੱਲ ਨੂੰ ਲੈ ਆਵਾਂਗੇ, ਅੱਜ ਸ਼ਾਮ ਨੂੰ ਪਤਾ ਲੱਗ ਜੂਗਾ। ਤੂੰ ਕਿੰਨੇ ਕਾਲਾ ਸੂਟ ਲੈ ਕੇ ਆਈਂਗੀ ਫਿਰ? ਇਹ ਤਾਂ ਹੁਣ ਦੇਖੇ ਤੋਂ ਹੀ ਪਤਾ ਲੱਗੂਗਾ। ਮੈਂ ਪਤਾ ਕੀ ਕਰਦੀ ਆ, ਮੈਨੂੰ ਜਿਹੜਾ ਸੂਟ ਪਸੰਦ ਆਵੇ ਤੇ ਜਿਹੜਾ ਮੇਰੇ ਜੱਚਦਾ ਹੋਵੇ ਮੈਂ ਉਹ ਕੱਪੜਾ ਲੈਣੀ ਹੁੰਦੀ ਆ, ਚਾਹੇ ਉਹ 200 ਦਾ ਹੀ ਹੋਵੇ। ਉਹ ਚੀਜ਼ ਨਹੀਂ ਮੈਂ ਚੱਕਦੀ ਜਿਹੜੀ ਬਸ ਇੱਕ ਵਾਰੀ ਲੈ ਕੇ ਤੇ ਅਲਮਾਰੀ ਦੇ ਪੇਟੀ 'ਚ ਸੁੱਟ ਕੇ। ਮੈਂ ਤਾਂ ਨਾ ਪੂਰਾ ਮਹਿੰਗਾ ਸੂਟ ਲੈ ਕੇ ਆਉਂਗੀ, ਪਤਾ ਵੀ ਲੱਗੇ ਹਨਾ ਕਿ ਕੁੜੀ ਆਈ ਹੈ ਇਹਨਾਂ ਦੀ ਰੱਖੜੀ ਬੰਨਣ, ਪੂਰਾ ਸੋਹਣਾ ਸੂਟ ਪਾ ਕੇ ਜਾਣਾ, ਬੈਸਟ ਪੈ ਜੇ ਸਹੇਲੀਆਂ। ਚੱਲ 1000-1500 ਵਾਲਾ ਲੈ ਆਈ। ਨਾ ਨਾ ਪੂਰਾ 5-6 ਹਜ਼ਾਰ ਦਾ ਮੈਂ ਦੇਖ ਕੇ ਆਈ ਹੈਗੀ, ਔਰੇਂਜ ਕਲਰ ਦਾ ਸੋਹਣਾ ਹੈ।
ਬੜਾ ਸੋਹਣਾ ਹਾਏ ਭੁੱਖ ਲੈਂਦੀ ਆ ਉੱਥੇ ਡੰਮੀ ਤੇ ਲੱਗਿਆ ਹੋਇਆ ਅੱਗੇ। ਮੈਂ ਤਾਂ ਉਹਨੂੰ ਪੁੱਛਿਆ ਸਪੈਸ਼ਲ, ਮੈਂ ਕਿਹਾ ਕਿੰਨੇ ਦਾ, ਕਹਿੰਦਾ ਡਿਸਕਾਊਂਟ ਜੇ ਲਓਗੇ ਤੁਸੀਂ ਹਨਾ 5,500 ਦਾ ਪੈ ਜੂਗਾ। ਚੱਲ ਚੰਗਾ ਲਿਆਈ, ਸੋਹਣੀ ਲੱਗੇਗੀ ਨਾਲੇ ਤੂੰ, ਤੇਰਾ ਕਿਹੜਾ ਰੰਗ ਕਾਲਾ, ਰੰਗ ਤਾਂ ਤੇਰਾ ਸਾਫ ਹੀ ਆ। ਹਾਂ ਉਹ ਤਾਂ ਮੈਨੂੰ ਪਤਾ ਹੀ ਆ ਮੈਂ ਸੋਹਣੀ ਲੱਗੂਗੀ, ਤੇ ਚੱਲ ਕੋਈ ਨਾ ਦੇਖ ਲਈ ਜੇ ਜਾਣਾ ਹੋਇਆ। ਕੋਈ ਨਾ, ਪਰ ਤੂੰ ਤਾਂ ਕਿੱਥੇ ਜਾਏਗੀ ਮਾਲ 'ਚ, ਉੱਥੇ ਤੂੰ ਤਾਂ ਉਹਨਾਂ ਦੀ ਜਾਨੀ ਹੁੰਦੀ ਆ ਹਨਾ ਵਿਕਾਸ ਕੇ। ਹਾਂ ਮੈਂ ਤਾਂ ਉਹਨਾਂ ਦੇ ਜਾਊਂਗੀ ਕਿਉਂਕਿ ਮੈਨੂੰ ਕੱਪੜੇ ਤਾਂ ਚੱਜਦੇ ਨਹੀਂ ਹੁੰਦੇ ਉਹਨਾਂ ਦੇ। ਨਹੀਂ ਤੈਨੂੰ ਕੀ ਨਹੀਂ ਕਿਹਾ, ਮੈਂ ਬਹੁਤ ਵਾਰੀ ਗਿਆ, ਮੈਨੂੰ ਤਾਂ ਉੱਥੇ ਪਸੰਦ ਹੀ ਨਹੀਂ ਆਉਂਦੇ ਹੁੰਦੇ। ਆ ਸੂਟ ਦੇਖ ਲੈ, ਇਹ ਮੈਂ ਪਿਛਲੀ ਤੋਂ ਪਿਛਲੀ ਗਰਮੀ 'ਚ ਲਿਆ ਸੀ, 3 ਸਾਲ ਲੱਗ ਗਿਆ ਉਵੇਂ ਪਿਆ ਹਜੇ, ਪ੍ਰੈਸ ਕਰਕੇ ਐਂ ਹੋ ਜਾਂਦਾ ਜਿਵੇਂ ਅੱਜ ਹੀ ਲਿਆ ਹੋਵੇ। ਚੱਲ ਭੈਣੇ ਕੋਈ ਗੱਲ ਨਹੀਂ, ਤੂੰ ਜਿੱਥੋਂ ਮਰਜ਼ੀ ਲੈ ਆਈ ਹਨਾ, ਮੇਰੇ ਨਾਲ ਤਾਂ ਤੂੰ ਕਿੱਥੇ ਜਾਏਗੀ ਫਿਰ। ਚੱਲ ਫਿਰ ਠੀਕ ਹੈ, ਮੈਂ ਕੱਲ੍ਹ ਜਾਊਂਗੀ, ਠੀਕ ਹੈ ਬਾਜ਼ਾਰ। ਕੋਈ ਨਾ ਕੋਈ ਨਾ, ਠੀਕ ਆ। ਮੈਨੂੰ ਇੰਨਾ ਕੁਝ ਸੁਣਾਗੀ, ਚੱਲ ਕੋਈ ਨਾ, ਮੈਂ ਵੀ ਨਾ ਸਵੇਰੇ ਇਹਨਾਂ ਨੂੰ ਕਹੂੰਗੀ ਵੀ ਮੈਨੂੰ ਸੋਹਣਾ ਜਿਹਾ ਸੂਟ ਲੈ ਦਿਓ, ਕਿਤੇ ਮੇਰੀ ਵੀ ਮਾੜੀ ਮੋਟੀ ਇਹਦੇ ਅੱਗੇ ਟੁੱਕ ਬਣ ਜੇ। ਚੱਲ ਲਾਤੀ ਅੱਗ, ਆਪਾਂ ਨੂੰ ਕੀ ਆ, ਭਾਵੇਂ 500 ਵਾਲਾ ਲੈ ਕੇ ਆਵੇ ਭਾਵੇਂ 5,000 ਵਾਲਾ, ਆਪਾਂ ਤਾਂ ਕਹਿ ਤਾਂ ਕੇਰਾਂ, ਆਪੀ ਸੜੀ ਜਾਊਗੀ ਬੈਠੀ, ਰੁੱਝੀ ਜਾਊਗੀ। ਮੇਰੇ ਭਰਾ ਵਾਲਾ ਪਤਾ ਨਹੀਂ ਕਿੰਨਾ ਕੁ ਮਹਿੰਗਾ ਸੂਟ ਦਊਗਾ, ਆਪੀ ਲੜੀ ਜਾਊਗੀ ਮਗਰੋਂ, ਮੇਰੀ ਜਠਾਣੀ ਤਾਂ ਇੰਨਾ ਮਹਿੰਗਾ ਸੂਟ ਲੈ ਕੇ ਆਈ ਹੈ। ਲੋਕਾਂ ਦਾ ਵੀ ਸਰੈ ਪਿਆ, ਕਹਿੰਦਾ ਵੀ ਤੈਨੂੰ ਘਾਟਾ ਪੈ ਗਿਆ ਤੇ ਨਾਲ ਸਾਨੂੰ ਵੀ ਘਾਟਾ ਪੈ ਸਕਦਾ, ਯਾਰ ਹੁਣ ਕੰਮ ਹੀ ਨਹੀਂ ਮਿਲ ਰਿਹਾ, ਔਰ ਰੱਖੜੀਆਂ ਤਿਉਹਾਰ ਵੀ ਆ ਰਿਹਾ ਯਾਰ ਅੱਗੇ, ਭੈਣ ਨੇ ਵੀ ਆਉਣਾ ਤੇ ਜਾਣਾ ਵੀ ਆ, ਰੁਪਈਆ ਇੱਕ ਵੀ ਨਹੀਂ ਕੋਲੇ, ਕੀ ਹੱਲ ਕਰੀਏ ਯਾਰ। ਚੱਲ ਦੇਖਦੇ ਹਾਂ, ਚਾਹ ਪਾਣੀ ਤੇ ਪੀਏ ਪਹਿਲਾਂ ਜਾ ਕੇ ਘਰੇ। ਯਾਰ ਰੀਤਾ ਪਾਣੀ ਲਿਆਈ? ਆ ਗਏ ਤੁਸੀਂ, ਕੀ ਹੋਇਆ? ਨਹੀਂ ਕੁਝ ਨਹੀਂ ਹੋਇਆ। ਕੀ ਸੋਚੀ ਜਾਂਦੇ ਫਿਰ? ਉਹ ਸੋਚੀ ਤੇ ਮੈਂ ਜਾਂਦਾ, ਉਹ ਸ਼ਾਮ ਨੂੰ ਆ ਜੀ ਤੇ ਤੇਰਾ ਕੰਮ ਬਣ ਜੂਗਾ। ਮਿਲਿਆ ਨਹੀਂ ਹੈਗਾ ਕੰਮ ਅਜੇ। ਕੰਮ ਤਾਂ ਮਿਲ ਜੂਗਾ, ਦੇਖ ਲਓ ਉਹੀ ਗੱਲ ਨਾ ਹੋ ਜੇ। ਤੁਹਾਨੂੰ ਪਤਾ ਨਾ ਮੈਂ ਇਸ ਵਾਰੀ ਰੱਖੜੀਆਂ ਤੇ ਜਾਣਾ, ਨਾਲੇ ਮੈਂ ਨਹੀਂ ਕੋਈ ਵੀ ਬਹਾਨਾ ਸੁਣਨਾ ਹੈਗਾ, ਹਰ ਵਾਰੀ ਨਾ ਤੁਸੀਂ ਮੈਨੂੰ ਬੱਚਿਆਂ ਵਾਂਗੂ ਬਹਾਨਾ ਮਾਰ ਕੇ ਟਾਲ ਦਿੰਦੇ ਹੋ। ਮੈਂ ਤਾਂ ਇਸ ਵਾਰੀ ਜਾਊਂਗੀ, ਮੇਰੇ ਭਰਾ ਦਾ ਫੋਨ ਆਇਆ ਸੀ, ਤੁਸੀਂ ਕਿਹਾ ਸੀ ਨਾ ਮੈਨੂੰ ਸੂਟ ਲੈ ਕੇ ਦਊਂਗੇ। ਹਾਂ ਫਿਰ ਲੈ ਕੇ ਦਊਂਗੇ ਨਾ? ਹਾਂ ਲੈ ਕੇ ਦੇਵਾਂਗੇ ਸੂਟ, ਸੂਟ ਤਾਂ ਕੀ ਆ, ਇੱਕ ਦੇ ਸਾਥ ਦੋ ਲੈ ਲਈ। ਨਹੀਂ ਦੋ ਮੈਂ ਕੀ ਕਰਨੇ ਆ, ਮੈਂ ਬਸ ਇੱਕੋ ਸੂਟ ਲਊਂਗੀ, ਸੋਹਣਾ ਜਾ। ਹਾਂ ਹਾਂ ਸੋਹਣਾ ਹੀ ਲਵਾਂਗੇ, ਬਗੈਰ ਸੋਹਣੇ ਦਾ ਕੀ ਲੈਣ ਮਤਲਬ ਆ। ਚੱਲ ਚੰਗਾ, ਕਦੋਂ ਲਿਆ ਕੇ ਦਊਂਗੇ? ਉਹ ਕੰਮੋ ਨਾ ਮੈਨੂੰ ਐਂ ਕਹਿੰਦੀ ਸੀ ਮੈਂ ਕੱਲ ਨੂੰ ਜਾਣਾ ਕੱਪੜੇ ਲੈਣ। ਕੰਮੋ ਨਾ ਜਾਣਾ ਤੂੰ? ਮੈਂ ਉਹਨੂੰ ਐਵੇਂ ਕਿਹਾ ਪਰ ਮੇਰੀ ਬੇਇੱਜ਼ਤੀ ਵੀ ਕਰ ਗਈ, ਕਹਿੰਦੀ ਮੈਂ ਤਾਂ ਵੱਡੇ ਸ਼ੋਰੂਮ 'ਚ ਲੈ ਕੇ ਆਉਣਾ, 6,000 ਰੁਪਏ ਦਾ ਸੰਤਰੀ ਰੰਗ ਦਾ ਸੂਟ ਆ, ਵੀ ਤੁਹਾਡੇ ਮੇਲ ਦਾ ਨਹੀਂ ਹੈਗਾ ਉੱਥੇ। ਮੈਂ ਚੱਲ ਕੋਈ ਨਾ ਆਪਾਂ ਉੱਥੇ ਹੀ ਲਿਆਵਾਂਗੇ ਦੁਕਾਨ ਤੋਂ ਜਿਹੜੀ ਤੋਂ ਅੱਗੇ ਲਿਆਉਂਦੇ ਹੁੰਦੇ ਹਾਂ, ਠੀਕ ਹੈ? ਲੈ ਕਿਉਂ, ਆਪਾਂ ਵੀ ਉੱਡੇ ਹੀ ਲਿਆਵਾਂਗੇ, ਬਰਾਬਰ ਦਾ ਹੀ ਲਿਆਵਾਂਗੇ, ਕਿਉਂ ਆਪਾਂ ਨੂੰ ਕੰਮ ਮਿਲ ਜੂਗਾ ਮੈਨੂੰ। 6,000 ਵਾਲਾ ਸੂਟ?
ਹਾਂ ਹਾਂ 6000 ਲਿਆਵਾਂਗੇ, ਕੋਈ ਗੱਲ ਨਹੀਂ, ਤੂੰ ਫਿਕਰ ਨਾ ਕਰ। ਜਮਾ ਪੱਕਾ? ਹਾਂ ਹਾਂ ਲਿਆਵਾਂਗੇ, ਬਸ ਅੱਜ ਕੰਮ ਮਿਲ ਜੂਗਾ। ਰੱਖੜੀ ਵਾਲੇ ਦਿਨ ਅਜੇ ਪਏ ਆ ਬਹੁਤ ਦਿਨ, ਅਜੇ ਕਿੱਥੇ ਪਏ ਆ, ਹਫ਼ਤੇ ਤੋਂ ਵੀ ਘੱਟ ਦਿਨ ਰਹਿ ਗਏ। ਜਰਾ ਅੱਜ ਤੇ 10-11 ਤਰੀਕ ਹੀ ਹੋਈ ਆ, ਕੋਈ ਗੱਲ ਨਹੀਂ, 19 ਤਰੀਕ ਦੀਆਂ ਰੱਖੜੀਆਂ। ਅਜੇ ਬਹੁਤ ਦਿਨ ਪਏ ਆ, ਇੰਨੇ ਦਿਨ ਚੇਤੇ ਆਪਾਂ ਬਣ ਜਾਣਗੇ, ਹੋ ਜਾਣਗੇ ਪੈਸੇ, ਬਣ ਜਾਣਗੇ ਹੋ ਜਾਣਗੇ ਤਾਂ ਨਹੀਂ ਮੈਨੂੰ ਪਤਾ ਪੁਤਾ ਹੈਗਾ, 1-2 ਦਿਨ ਤੱਕ ਬਸ ਮੈਨੂੰ ਸੂਟ ਦਵਾ ਲਿਓ, ਮੈਂ ਤਾਂ 6000 ਤੋਂ ਘੱਟ ਵਾਲੇ ਹੀ ਲੈ ਲੂੰਗੀ, ਪਰ ਸੋਹਣਾ ਹੋਵੇ ਸੂਟ, ਚਾਹੇ 500 ਵਾਲੇ ਹੀ ਹੋਵੇ, ਠੀਕ ਆ। ਹਾਂ ਲਿਆਵਾਂਗੇ ਲਿਆਵਾਂਗੇ। ਨਾਲੇ ਨਾ ਉਹ ਦਾਲਾਂ ਜਿਹੀਆਂ ਮੁੱਕੀਆਂ ਪਈਆਂ ਨੇ, ਮੈਂ ਤਾਂ ਰੋਟੀਆਂ 'ਚ ਨੂਣ ਹੀ ਪਾ ਲਿਆ, ਹੈ ਚਾਹ ਨਾਲ ਖਾ ਲਾਂਗੇ, ਠੀਕ ਆ। ਉਹ ਯਾਰ ਤੂੰ ਮੈਂ ਦੱਸ ਦਿੰਦੀ, ਇਹਨਾਂ ਦਾ ਫੜ ਲੈਂਦੇ ਇੱਕ, ਇੱਧਰਲੇ ਦੂਜੇ ਸਮਾਨ ਤਾਂ ਇਹਨਾਂ ਤੋਂ ਲੈ ਲੈਂਦੀ ਪਾਈਆਂ ਉਹਦੇ ਤੋਂ। ਨਹੀਂ ਮੈਨੂੰ ਵਧੀਆ ਨਹੀਂ ਲੱਗਦਾ, ਨਾਲੇ ਅਗਲਾ ਮਿਹਣੇ ਮਾਰਦਾ, ਨਾਲੇ ਚੀਜ਼ ਦੇ ਦਿੰਦਾ, ਅਤੇ ਬਾਅਦ ਵਿੱਚ ਚੀਜ਼ ਵੀ ਨਾ ਦੁੱਗਣੀ ਹੋ ਕੇ ਦੇਣੀ ਪੈਂਦੀ ਆ, ਜਦੋਂ ਕਾਫੀ ਟਾਈਮ ਬਾਅਦ ਚੀਜ਼ ਮੋੜਦੇ ਅਗਲਾ ਐਂ ਕਹਿ ਦਿੰਦਾ, ਇਹ ਤਾਂ ਇੰਨੀ ਸੀ, ਇਹ ਤਾਂ ਇੱਥੋਂ ਤੱਕ ਭਰਿਆ ਹੋਇਆ ਸੀਗਾ, ਡੌਂਗਾ ਹੋਵੇ ਚਾਹੇ ਕੋਈ ਵੀ ਭਾਂਡਾ, ਫਿਰ ਬਸ ਮੈਂ ਤਾਂ ਹੁਣ ਕਿਸੇ ਤੋਂ ਚੀਜ਼ ਲਿਆਉਂਦੀ ਨਹੀਂ ਮੰਗ ਕੇ। ਚੱਲ ਲਿਆ ਫਿਰ ਰੋਟੀ, ਲਿਆ ਰੋਟੀ ਵੀ ਖਾਈਏ। ਚੰਗਾ ਫਿਰ ਮੈਂ ਚਾਹ ਬਣਾਉਂਦੀ ਹਾਂ, ਠੀਕ ਹੈ। ਚਾਹ ਨਾ ਲਿਓ। ਕੰਮੋ ਭਾਬੀ ਦਾ ਵੀ ਸਰਾਇਆ ਪਿਆ, ਨਾਲੇ ਪਤਾ ਵੀ ਇਹਨੂੰ ਕੰਮ 'ਚੋਂ ਘਾਟਾ ਪੈ ਗਿਆ, ਇਹਨਾਂ ਕੋਲ ਪੈਸੇ ਹੈ ਨਹੀਂ, ਵੀ ਜਾਣ ਜਾਣ ਕੇ ਨਾ ਮਚਾਉਂਦੀ ਹੈ, ਇਹਨੂੰ ਅਹਿਸਾਸ ਕਰਾਉਂਦੀ ਆ ਵੀ ਤੁਸੀਂ ਗਰੀਬ ਹੋ, ਹੁਣ ਤੇਰੇ ਘਰ ਮੁਲਾਜ਼ਮ ਆ, ਇਹਦਾ ਮਤਲਬ ਤਾਂ ਨਹੀਂ ਵੀ ਸਾਨੂੰ ਮਚਾਈ ਜਾ, ਗਲਤ ਗੱਲ ਆ ਯਾਰ, ਕਿਤੇ ਸਾਡਾ ਸਾਥ ਦੇਣਾ ਸੀ, ਹੈਂ ਵੀ ਚੱਲ ਕੋਈ ਗੱਲ ਨਹੀਂ ਘਾਟਾ ਪੈ ਗਿਆ, ਸਾਡੇ ਤੋਂ ਪੈਸੇ ਲੈ ਲਓ, ਚੱਲ ਤੁਸੀਂ ਆਪਦਾ ਕੰਮ ਤਾਂ ਚਲਾ ਲਓ, ਕਿਤੇ ਉਲਟ ਪਹੁੰਚਾਉਂਦੀ ਆ। ਆ ਲੈ ਜਾ, ਦੇ ਗਿਆ ਸੀਗਾ ਅਮਨ ਦਵਾਈ। ਹਾਂ ਅਮਨ ਦਵਾਈ ਦੇ ਗਿਆ ਸੀਗਾ, ਉਹ ਤਾਂ ਕਹਿੰਦਾ ਤੁਸੀਂ ਰੈਸਟ ਨਹੀਂ ਕਰਦੇ, ਕਹਿੰਦਾ ਨਾ ਤੁਸੀਂ ਟ੍ਰੀਟਮੈਂਟ ਸਹੀ ਕਰਾ ਰਹੇ ਹੋ। ਬਿਨਾ ਪਾਣੀ ਤੋਂ ਬਣਾ ਕੇ ਲਿਆਉਂਦੀ ਹੁੰਦੀ, ਇਕੱਲਾ ਦੁੱਧ ਹੀ ਗਰਮ ਕਰ ਲਈ ਹੁੰਦੀ ਆ, ਬਣਾ ਕੇ ਤਾਂ ਦੇਤੀ ਨਾ ਤੁਹਾਨੂੰ। ਮੈਂ ਕਹਿੰਦੀ ਸੀਗੀ ਮੈਨੂੰ ਸੂਟ ਜੇ ਦਵਾ ਲਿਆਉਂਦੇ ਤੁਸੀਂ। ਸੂਟ ਫਿਰ ਜਾਣਾ ਨਹੀਂ ਪਿੰਡ ਰੱਖੜੀ ਵੇਲੇ? ਅੱਛਾ ਅੱਛਾ ਅੱਛਾ, ਉਹ ਹਾਂ ਸੱਚ ਭਰਾਵਾ 19 ਤਰੀਕ ਦੀ ਰੱਖੜੀ ਆ, ਹਨਾ ਮੇਰੇ ਤਾਂ ਦਿਮਾਗ 'ਚ ਨਿਕਲੀ ਪਈ ਸੀ ਗੱਲ, ਕੋਈ ਗੱਲ ਨਹੀਂ ਚੱਲ ਬੜਾਂਗੇ ਆਪਾਂ, ਕੱਲ ਨੂੰ ਚੱਲੀਏ। ਕੱਲ ਨੂੰ ਦਵਾ ਲਿਓ, ਨਵਾਂ ਸੂਟ ਪਾ ਕੇ ਜਾਣਾ, ਇਹ ਨਾ ਹੋਵੇ ਉੱਥੇ ਮੇਰੀਆਂ ਸਹੇਲੀਆਂ ਕਹਿ ਦੇਣ ਤੇਰੇ ਘਰ ਦਾ ਇੰਨਾ ਕੰਜੂਸ ਆ, ਉਹੀ ਸੂਟ ਪਾਇਆ ਹੀ ਮੋੜ ਕੇ। ਉਹ ਨਹੀਂ ਕੋਈ ਗੱਲ ਨਹੀਂ, ਕਿੰਨੇ ਦਾ ਲੈ ਲੇਂਗੇ? 2000 ਦਾ ਲੈ ਲੇਂਗੇ। ਪਰ 2 ਵਾਲਾ ਨਹੀਂ ਲੈਣਾ ਮੈਂ, ਪੂਰੇ 5000 ਵਾਲਾ ਲਊਂ। ਚੱਲ ਉਹੀ ਜਿਹੜੇ ਡੰਮੀ ਤੇ ਲਾਇਆ ਸੀ ਉਹਨਾਂ ਨੇ। ਚੱਲ 5000 ਵਾਲਾ ਲੈ ਲਈ, ਹੋਰ ਦੱਸ। ਹੋਰ ਸੈਂਡਲ ਸੁੰਡਲ ਦਵਾ ਦੇ ਦਿੱਤੀ ਜੱਤੀ, ਜੇ ਮਾਣ ਮਿਹਰ ਪੈ ਗਈ ਤੁਹਾਡੇ। 2000 ਦੀ ਜੁੱਤੀ ਹੋ ਗਈ, 7 ਹੋ ਗਿਆ, ਫਿਰ ਕੀ ਆ, ਆਪਦੀ ਘਰ ਦੀ ਵਾਸਤੇ ਬੰਦਾ ਇੰਨਾ ਕੁਛ ਨਹੀਂ ਕਰ ਸਕਦਾਗਾ, ਹੱਦ ਹੋ ਗਈ ਹੈ। ਹੋਰ ਘਰ ਦੇ ਤੋਂ ਤਾਂ ਜਾਨ ਵਾਰ ਦਿੰਦੇ ਨੇ ਲੋਕ, ਮੈਨੂੰ ਪਤਾ। ਹੋਰ ਗਾਹਾਂ ਪਰਸ
ਠੀਕ ਆ 3000 ਦਾ ਪਰਸ ਹੋ ਗਿਆ ਘੱਟੋ ਘੱਟ 2500-3000 ਦਾ ਹੋਰ ਬਸ ਹੋਰ ਤਾਂ ਕੁਛ ਨਹੀਂ ਮੇਕਅਪ ਮੇਰੇ ਕੋਲ ਹੈਗਾ ਠੀਕ ਆ ਜਾਂ 15,000 ਤੇ ਗਈ ਸੀ ਹਾਂ ਇੰਨੇ ਕੁ ਤਾਂ ਲੱਗ ਹੀ ਜਾਣਗੇ ਸਾਲਾ ਦੇਊਗਾ ਮੇਰਾ 2-3000 2-3000 ਕਿਉਂ ਦੇਊਗਾ ਹੋਰ ਮੈਂ ਤਾਂ ਪੂਰਾ ਮਹਿੰਗਾ ਸੂਟ ਲੈ ਕੇ ਆਉਂ ਉਹਨਾਂ ਤੋਂ ਵੀ ਅੱਛਾ ਠੀਕ ਆ ਇਧਰੋਂ ਵੀ ਸੂਟ ਉਧਰੋਂ ਵੀ ਸੂਟ ਹਾਂ ਉਹਨਾਂ ਨੂੰ ਮੈਂ ਕਹਿਦਾ ਵੀ ਰੱਖੜੀ ਬੰਨਣ ਆਉਣੀ ਆ ਮੈਂ ਤੇ ਮੈਨੂੰ ਤਾਂ ਪੂਰਾ ਮਹਿੰਗਾ ਸੂਟ ਲੈ ਕੇ ਦਿਓ ਠੀਕ ਆ ਤੂੰ ਤਾਂ ਰੱਖੜੀ ਬੰਨਣ ਜਾਣਾ ਮੇਰਾ ਕੀ ਫਾਇਦਾ ਹੋਇਆ ਇਹ ਚ ਜਿਹੜੇ ਉਹ ਤੁਹਾਡਾ ਫਾਇਦਾ ਇਹ ਆ ਜਿਹੜੇ ਪੈਸੇ ਦੇਣਗੇ ਉਹ ਤੁਸੀਂ ਤੁਹਾਨੂੰ ਦੇ ਦੂ ਤੇਲ ਤੁਲ ਪਵਾ ਲਓ ਤੁਹਾਡਾ ਫਾਇਦਾ ਇਹ ਆ ਠੀਕ ਆ ਪੈਸੇ ਕਿੰਨੇ ਦੇਣਗੇ ਉਹ 1000-1500 ਜਿੰਨੇ ਦੇ ਤੇ ਉਹ ਤੁਹਾਨੂੰ ਫੜਾ ਦੂ ਮੈਂ ਤੇਲ ਪਵਾ ਲਓ 2-3000 ਦਾ ਤੂੰ ਸੂਟ ਤੂੰ ਨਹੀਂ ਘੱਟ ਖੜਾ ਛੱਡ ਦੀ ਉਹਨਾਂ ਦਾ ਤੇ ਰੁਪਈਆ ਦਾ ਫਿਰ ਉਹ ਤੈਨੂੰ 1000 ਦੇਣਗੇ ਅੱਛਾ ਠੀਕ ਆ ਮੈਂ 1000 ਰੁਪਈਆ ਨਾ ਵਰਤਣਾ ਤੁਸੀਂ ਉਹਨਾਂ ਨਾਲ ਮੈਂ ਰੁਪਈਆ ਦੇ ਨਾਲ ਨਹੀਂ ਵਰਤਣਾ ਤੇ ਇਹ ਤਾਂ ਪਿਆਰ ਦਾ ਧਾਗਾ ਹੁੰਦਾ ਇੱਕ ਉਹ ਨਹੀਂ ਗੱਲ ਕਹਿੰਦਾ ਮੈਂ ਇਹ ਗੱਲ ਕਹਿਣਾ ਵੀ ਵਧੀਆ ਤੁਹਾਡਾ ਭਰਾ ਭਰਾਵਾਂ ਦਾ ਪਿਆਰ ਬਣੇ ਮੇਰੇ ਤੋਂ ਨਾ ਛੋਟੇ ਹੁੰਦੇ ਤੋਂ ਹਨਾ ਵੀ ਛੋਟੀ ਹੁੰਦੀ ਸੀ ਮੇਰੇ ਭਰਾ ਨੇ ਬਥੇਰੇ ਕੋਟ ਕੋਟ ਵਿੱਚ ਪੈਸੇ ਖੋਏ ਹੈਗੇ ਮਸਾਂ ਹੁਣ ਲੋਟ ਆਇਆ ਵਾ ਮੇਰੇ ਉਹ ਚੱਲ ਕੋਈ ਨਾ ਕੁੱਟ ਕੇ ਖੋ ਲੈਂਦੇ ਕੁੱਟ ਕੇ ਭੱਜ ਜਾਂਦਾ ਸੀ ਰੱਖੜੀ ਕਹਿੰਦਾ ਫਿਰ ਬਣਾਉਂਗਾ ਆ ਕੇ ਪੈਸੇ ਵੀ ਖੋ ਕੇ ਲੈ ਰੱਖੜੀ ਵੀ ਨਹੀਂ ਸੀ ਬਣਾਉਂਦਾ ਹੁੰਦਾ ਭਾਬੀ ਨੇ ਵੀ ਜਾਣਾ ਹੋ ਯਾਰ ਵਿਚਾਰੀ ਨੇ ਹਨਾ ਉਹਦਾ ਫਿਕਰ ਹੋ ਗਿਆ ਤੇ ਮੈਂ ਜਿਹੜੀ ਬੈਠੀ ਹਾਂ ਮੈਂ ਗੱਲ ਕੀਤੀ ਆ ਫਿਕਰ ਨੂੰ ਹੈਗਾ ਬਈ ਲਿਆ ਕੇ ਦੇਊਗਾ ਉਹਨੂੰ ਆਪੇ ਹਾਂ ਤੇ ਫਿਰ ਤੁਹਾਨੂੰ ਕੀ ਲੋੜ ਹੈਗੀ ਉਹਦਾ ਫਿਕਰ ਹੋ ਗਿਆ ਜਾਣਾ ਹੀ ਹੈਗਾ ਮੈਂ ਤਾਂ ਨਾਲੇ ਉਹਨੂੰ ਸੁਣਾਈ ਕਰਤੀ ਬਈ ਵੀ ਭਾਈ ਆਪਦਾ ਪਹਿਲਾਂ ਮੇਰੇ ਨਾਲ ਡਿਸਾਈਡ ਕਰ ਲਾ ਜਾਂ ਤੂੰ ਪਹਿਲਾਂ ਜਾਇਆ ਜਾਂ ਮੈਨੂੰ ਜਾਣ ਦੇ ਠੀਕ ਹੈ ਨਾ ਮੇਰੀ ਗੱਲ ਸੁਣ ਇਹ ਤਾਂ ਇਹ ਨਹੀਂ ਪਤਾ ਜਾਵੇ ਨਾ ਚਾਹੇਗੀ ਇਹ ਜੀ ਹੋਰ ਚਾਹ ਤਾਂ ਹੈਗੀ ਇਹ ਤਾਂ ਇਹ ਨਹੀਂ ਪਤਾ ਜਾਵੇ ਨਾ ਤੁਹਾਨੂੰ ਪਤਾ ਤਾਂ ਹੈਗਾਗਾ ਨੰਗ ਮਲੰਗ ਤੇ ਇਹਦੇ ਪੇਕੇ ਹੈਗੀ ਦਿੰਦੇ ਤਾਂ ਕੁਛ ਹੈ ਨਹੀਂ ਤਾਂ ਹੀ ਤਾਂ ਇਹ ਜਾਂਦੀ ਨਹੀਂ ਗੀ ਨੰਗ ਮਲੰਗ ਵਾਲੀ ਉਹ ਫੋਨ ਤੇਰਾ ਵੱਜੀ ਜਾਂਦਾ ਮੇਰਾ ਵੱਜੀ ਜਾਂਦਾ ਗਾ ਨੰਗ ਮਲੰਗ ਵਾਲੀ ਗੱਲ ਨਹੀਂ ਕਰੀਦੀ ਹੁੰਦੀ ਪਤਾ ਤੈਨੂੰ ਇਹ ਤਾਂ ਇੱਕ ਪਿਆਰ ਦਾ ਧਾਗਾ ਹੁੰਦਾ ਤੈਨੂੰ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਇਹਦੇ ਚ ਪੈਸਿਆਂ ਨਾਲ ਵਰਤਣ ਵਾਲੀ ਗੱਲ ਨਹੀਂ ਨਾਲੇ ਤੂੰ ਆਪ ਹੀ ਕਹਿ ਕੇ ਹਟਿਆ ਵੀ ਪੈਸਿਆਂ ਨਾਲ ਵਰਤਣਾ ਉਹ ਤਾਂ ਠੀਕ ਆ ਸਾਲ ਹੋ ਗਿਆ ਆ ਕੇ ਤੱਕ ਨਹੀਂ ਖੜੇ ਹੈਗੇ ਨਾ ਆਪ ਜਾਂਦੀ ਆ ਤੇ ਪੀਪਾ ਬਿਸਕੁਟਾਂ ਦਾ ਨਹੀਂ ਦੇਣ ਜੋਗੇ ਹੈਗੇ ਉਹ ਪਤਾ ਕੀ ਆ ਜਿਹੜੇ ਹਾਲਾਤ ਹੁੰਦੇ ਆ ਨਾ ਤੇ ਬੰਦੇ ਨੂੰ ਸਿਆਣਾ ਕਰ ਦਿੰਦੇ ਆ ਠੀਕ ਆ ਨਾ ਉਹੀ ਗੱਲ ਆ ਜੇ ਫੋਨ ਲਾਉਣਗੇ ਤਾਂ ਉਹਨਾਂ ਨੂੰ ਆਇਆ ਵੀ ਇਧਰੋਂ ਕੋਈ ਗੱਲਬਾਤ ਹੋ ਜਾਂਦੀ ਆ ਜੇ ਆਪਣੇ ਜਾਣ ਕਿੰਨੀ ਲੜਾਈ ਹੋ ਜਾਂਦੀ ਆ ਜੇ ਫੋਨਾਂ ਤੇ ਹੁੰਦੀ ਆ ਉਹ ਠੀਕ ਹੈ ਤੇ ਤੁਸੀਂ ਉਹਦਾ ਪੱਖ ਜਾ ਕਿਉਂ ਲੈਣੇ ਹੁੰਦੇ ਆ ਉਹਦੇ ਪੇਕਿਆਂ ਦਾ ਚੱਲ ਕੋਈ ਨਾ ਪੱਖ ਨਹੀਂ ਲੈਂਦਾ ਜਾ ਉਹ ਕਰ ਪਾਜਾ ਉਹ ਮੇਰੀ ਗੱਲ ਸੁਣ ਲੈ ਧਿਆਨ ਨਾਲ ਤੇਰੀ ਮੰਮੀ ਦਾ ਫੋਨ ਆਈ ਜਾਂਦਾ ਮੇਰੀ ਗੱਲ ਸੁਣ ਲਓ ਧਿਆਨ ਨਾਲ ਇੱਕ ਪੈਸੇ ਪੂਸੇ ਮੰਗਣ ਲੱਗੇ ਨਾ ਤੁਸੀਂ ਇਹ ਕਹਿ ਦਿਓ ਵੀ ਭਾਈ ਮੈਂ ਤਾਂ ਆਪਦੀ ਘਰ ਦੀ ਨੂੰ ਸ਼ਾਪਿੰਗ ਕਰਾਉਣੀ ਹੈ ਮੈਨੂੰ ਪਤਾ ਹੀ ਇਹਨਾਂ ਪੱਲੇ ਕੱਖ ਨਹੀਂ ਹੈਗਾ ਚਲ ਕੋਈ ਨਾ ਪਹਿਲਾਂ ਸੁਣਾਈ ਕਰਤੀ ਮੈਂ ਦੇ ਦਾਂਗੇ 1000-2000 ਮੈਂ ਤੁਹਾਨੂੰ ਦੱਸਦਾ ਮੈਂ ਘਰੇ ਨਹੀਂ ਰਹਿਣਾ ਹੈਗਾ ਚੱਲ ਚੰਗਾ ਨਹੀਂ ਦੇ ਦੇਵਾ ਜਾਣੀ ਹੋ ਆਪਣੇ ਜੋ ਘਰੇ ਉਹ ਬਸ ਠੀਕ ਆ ਨਹੀਂ ਦਿੰਦੇ ਬੀਬਾ ਜੀ ਆ ਲੱਗ ਜੋ ਅੱਛਾ ਅੱਛਾ ਇਹਨਾਂ ਦਾ ਵੀ ਕੰਮ ਚੱਲਦਾ ਹੁੰਦਾ ਨਾ ਤਾਂ ਮੈਂ ਵੀ 10,000 ਵਾਲਾ ਸੂਟ ਹੀ ਲੈ ਕੇ ਜਾਣਾ ਸੀ ਚੱਲ ਕੋਈ ਗੱਲ ਨਹੀਂ ਇਹ ਜੇ 5-5 ਹਜ਼ਾਰ 10-10 ਵਾਲੇ ਸੂਟ ਬਹੁਤ ਪਾਏ ਨੇ ਮੈਂ ਗਰੀਬੀ ਮੇਰੀ ਤਾਂ ਬੰਦੇ 'ਤੇ ਆਉਂਦੀ ਰਹਿੰਦੀ ਹੈ ਜਿਵੇਂ ਦਾ ਦਵਾਉਣਗੇ ਉਵੇਂ ਦੀ ਪਾ ਕੇ ਚਲੇ ਜਾਊਂਗੀ ਨਵਾਂ ਤਾਂ ਹੋਊਗਾ ਹੀ ਨਾ ਇੰਨੀ ਬਹੁਤ ਖੁਸ਼ੀ ਹੈ ਮੈਨੂੰ ਮਾਂ ਤਾਂ ਰਸੋਈ ਚ ਦੇਖ ਕੇ ਆ ਹਾਂ ਮੈਂ ਰਸੋਈ ਚ ਹੋਣੀ ਆਈ ਸੀ ਕੀ ਗੱਲ ਹੋ ਗਈ
ਗੱਲ ਤਾਂ ਕੋਈ ਵੀ ਨਹੀਂ ਹੈਗੀ, ਬਸ ਉਹੀ ਬੈਠ ਗਈ, ਥੱਕ ਗਈ ਸੀ ਕੰਮ ਜੇ ਕਰਕੇ। ਤੇਰਾ ਮੂੰਹ ਜਿਹਾ ਉੱਤਰੇ ਪੈਰ, ਸਵੇਰ ਦਾ ਕੀ ਗੱਲ ਹੋ ਗਈ ਦੱਸ ਵੀ ਮੈਨੂੰ ਯਾਰ। ਉਹ ਸੂਰ ਤੇ ਤੈਨੂੰ ਲਿਆਈ ਦੇਊ, ਤੈਨੂੰ ਕਹੀ ਦਿੱਤਾ ਸੀ ਯਾਰ। ਨਹੀਂ ਨਹੀਂ ਸੂਟ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ, ਉਹ ਤਾਂ ਨਾ ਸਨੀ ਵੀਰਾ ਕੰਮੋਂ ਨੂੰ ਕਹਿ ਰਿਹਾ ਸੀ ਵੀ ਤੇ ਜਿਹੜਾ ਸੂਟ ਕਹੇਂਗੀ ਉਹੀ ਜੇ ਲਿਆ ਕੇ ਦਊਂਗਾ, ਘੱਟੋ ਘੱਟੋ 15,000 ਵਾਲਾ ਸੂਟ ਲੈ ਕੇ ਆਊਗੀ ਤੇ 10-15,000 ਵਾਲਾ ਹੀ ਉਹਦਾ ਵੀਰਾ ਨੂੰ ਸੂਟ ਦਵਾਊਗਾ। ਮੈਂ ਤਾਂ ਇਹੀ ਸੋਚਦੀ ਸੀ ਵੀ ਉਹ ਵੀ ਤਾਂ ਕੋਈ ਦਿਨ ਸੀ ਨਾ, ਕਿੰਨੇ ਕਿੰਨੇ ਮਹਿੰਗੇ ਆਪਾਂ ਕੱਪੜੇ ਪਾਉਂਦੇ ਸੀ ਕਿ ਜਦੋਂ ਤੁਹਾਡਾ ਕੰਮ ਚੱਲਦਾ ਹੁੰਦਾ ਸੀ। ਚੱਲ ਕੋਈ ਗੱਲ ਨਹੀਂ, ਮੈਂ ਵੀ ਐਵੇਂ ਦਿਲ ਤੇ ਲਾ ਲੈਂਦੀ ਹਾਂ ਗੱਲਾਂ। ਲੈ ਕੌਲੀ ਗੱਲ ਸੁਣ ਲੈ, ਕੱਪੜਿਆਂ ਦੇ ਕੀ ਆ, ਭਾਂ 1,000 ਵਾਲਾ ਸੂਟ ਲੈ ਲਾ ਭਾਂ 10,000 ਵਾਲਾ ਸੂਟ ਲੈ ਲਾ, ਟਾਈਮ ਤਾਂ ਉਨਾ ਹੀ ਕੱਢਣਾ ਹੈ। ਇਹ ਤਾਂ ਹੈਗਾ, ਤੇ ਆਪਾਂ ਕਿਵੇਂ ਪਹਿਲਾਂ ਗਲਤੀ ਕਰਦੇ ਰਹੇ, ਮੰਨ ਲਏ 10,000 5,000 ਵਰਤਦੇ, ਚੱਲ 5,000 ਦਾ ਘੱਟੋ ਘੱਟ ਤੁਹਾਨੂੰ ਦਵਾਉਂਦੇ ਹੁੰਦੇ ਸੂਟ ਮੈਂ, ਤੇ ਪਾਉਂਦੀ ਤੂੰ ਉਨੇ ਟਾਈਮ ਹੀ ਹੋ ਸੀ, ਜਿਹੜਾ 300 ਵਾਲਾ ਇਹ ਵੱਧ ਟਾਈਮ ਕੱਢ ਜਾਂਦਾ। ਹਾਂ ਲੋਕਾਂ ਨੇ ਪਾਉਣੇ ਵੱਧ ਆਪਾਂ ਪਾਉਣਾ ਤੇ ਵੱਧ, ਗੱਲ ਆਏ ਹੈ ਨਾ, ਬੰਦੇ ਦੇ ਸੂਟ ਨਹੀਂ ਦੇਖਣੇ ਹੁੰਦੇ, ਬੰਦੇ ਦਾ ਕਰੈਕਟਰ ਦੇਖਣਾ ਹੁੰਦਾ, ਬੰਦੇ ਦਾ ਕਿਹੋ ਜਿਹਾ ਜਿੱਤੇ ਵਿੱਚ ਅੰਦਰ ਖੋਟ ਹੈ। ਸੂਟ ਪਾਉਣ ਤੋਂ 2,00,000 ਵਾਲਾ ਪਾਲਾ ਨਹੀਂ ਜਿੱਤੇ ਤਾਂ ਵੀ ਦੇਣਾ ਲੋਕਾਂ ਨੇ ਹੈ, ਉਹਦੀ ਕਹਿ ਦੇਣਾ ਆ ਕਿੰਨੇ ਲਿਆਂਦੇ ਸੂਟ 5,000 ਦਾ, ਲੈ ਲੈ ਮੈਂ ਤੈਨੂੰ 3,000 ਦਾ ਦਵਾ ਦਿੰਦੀ ਹੈ। ਲੋਕਾਂ ਨੂੰ ਤਾਂ ਕਹੀ ਦੇਣਾ ਤੂੰ ਲੋਕਾਂ ਦੇ ਪਿੱਛੇ ਨਾ ਲੱਗਿਆ ਕਰ, ਤੂੰ ਫਿਕਰ ਨਾ ਕਰ, ਅੱਜ ਜੇ ਆ ਤੇ ਕੱਲ੍ਹ ਨੂੰ ਧੁੱਪ ਹੈ ਉਹ ਗੱਲ ਹੈ, ਸਮਝ ਗਈ ਨਾ ਗੱਲ, ਤੂੰ ਫਿਕਰ ਨਾ ਕਰਿਆ ਕਰ, ਜੇ ਜੱਪਾਂ ਦੇ ਘਰੇ ਦੁੱਖ ਹੈ ਤੇ ਸੁੱਖ ਤੇ ਆਊਗਾ ਜੇ ਪਰਮਾਤਮਾ ਨਾ, ਜੇ ਇੱਕ ਦਰਵਾਜ਼ਾ ਬੰਦ ਕਰ ਦੇਣਾ ਤੇ 100 ਖੋਲ ਦਿੰਦਾ ਉਹਨਾਂ ਨੂੰ, ਇਹ ਨਾ ਸੋਚੇ ਵੀ ਪਰਮਾਤਮਾ ਨੇ ਸਾਡਾ ਮਾੜਾ ਕਰਤਾ, ਮੈਂ ਤਾਂ ਚੱਲ ਪਰਮਾਤਮਾ ਸ਼ੁਕਰ ਹੀ ਕਰਦਾ ਕੋਈ ਚੰਗੇ ਵਾਸਤੇ ਕੀਤਾ ਉਹ ਪਰਮਾਤਮਾ ਨੇ ਜਿਹੜਾ ਆਪਾਂ ਨੂੰ ਘਾਟਾ ਦਵਾਇਆ ਹੈ। ਹਾਂ ਨਾਲੇ ਜਦੋਂ ਬੰਦੇ ਨੂੰ ਨਾ ਇਹ ਵਾਧੇ ਘਾਟੇ ਜੇ ਆਉਂਦੇ ਆ ਬੰਦੇ ਦਾ ਪਤਾ ਲੱਗ ਜਾਂਦਾ ਕੌਣ ਆਪਣੇ ਨਾਲ ਖੜਦਾ ਕੌਣ ਨਹੀਂ ਖੜਦਾ, ਹੈ ਕਿ ਨਹੀਂ। ਤਾਂ ਆਪਾਂ ਇਹੋ ਜਿਹੇ ਲੋਕਾਂ ਦੇ ਵਿੱਚ ਗੇਨ ਕਰਦੇ ਰਹਿੰਦੇ ਹਾਂ ਜਿਹੜੇ ਧੇਲੇ ਦੇ ਨਹੀਂ ਹੁੰਦੇ, ਮੂੰਹ ਤੇ ਕੁਛ ਤੇ ਪਿੱਠ ਪਿੱਛੇ ਕੁਛ ਹੋਰ ਹੁੰਦੇ ਨੇ, ਹੋਰ ਚੰਗੇ ਬੰਦੇ ਦੀ ਪਛਾਣ ਤਾਂ ਹੋ ਗਈ ਨਾ ਆਪਾਂ ਨੂੰ। ਹੁਣ ਕਿਹੜੇ ਬੰਦੇ ਤੋਂ ਮੈਂ ਕੰਮ ਪੁੱਛਿਆ ਸੀ ਹੈ, ਮੈਥੋਂ ਚੱਕ ਚੱਕ ਦਿੱਤਾ ਮੈਥੋਂ ਹੀ ਕਾਮਯਾਬ ਹੋਇਆ, ਮੈਨੂੰ ਉਹਦੀ ਕਹਿਣ ਦਾ ਯਾਰ ਠਾਣੀ ਛੱਡ ਦੇ ਯਾਰ ਕੋਈ ਗੱਲ ਨੀ ਤੈਨੂੰ ਕੀ ਫਰਕ ਪੈਂਦਾ, ਐਂ ਲੈ ਜਾਂਦਾ ਜੀ ਮੈਥੋਂ 100-100 ਕੁਇੰਟਲ 200 ਕੁਇੰਟਲ, ਤੇ ਅੱਜ ਮੈਂ ਉਹਨੂੰ ਆਖਿਆ ਯਾਰ ਮੈਨੂੰ ਰੱਖ ਲੈ 10-15,000 ਦੀ ਤਨਖਾਹ ਤੇ, ਤੇ ਪਰ ਨਹੀਂ ਆ ਨਾ ਯਾਰ ਨਾ ਯਾਰ ਮੇਰੇ ਬੰਦੇ ਹੈਗੇ ਐਂ ਐਂ ਵੀ ਇਹਨੂੰ ਆ ਘੱਟ ਆਉਣਾ ਪੈ ਜੇ, ਉਹ ਤਾਂ ਆਪਾਂ ਬੰਦੇ ਠੱਗੀ ਨਾ ਵੱਜਦੀ ਨਾ ਆਪਾਂ ਨਾਲ ਤੇ ਘੱਟ ਤਾਂ ਆਪਾਂ ਨੂੰ ਨਹੀਂ ਪੈਣਾ, ਮੈਂ ਯਕੀਨ ਕਰ ਬੈਠਾ। ਪਰ ਬਾਬੇ ਨਾਨਕ ਦੀ ਗੱਲ ਸਹੀ ਨਿਕਲ ਗਈ, ਕਹਿੰਦਾ ਮਰਦਾਨਿਆ ਐਂ ਪੁੱਛਦਾ ਬਾਬੇ ਤੋਂ ਵੀ ਮਾਂਜਿਆ ਕਿਹੜਾ ਜਾਊਗਾ, ਕਹਿੰਦਾ ਧਿਜ ਗਿਆ, ਪਰ ਮੈਂ ਧਿਜ ਗਿਆ ਤੇ ਮਾਂਜਿਆ ਗਿਆ, ਮੈਂ ਧਿਜਣਾ ਨਹੀਂ ਚਾਹੀਦਾ। ਇਹ ਤਾਂ ਹੈਗਾ ਏ, ਮੈਂ ਯਕੀਨ ਬੜਾ ਕਰ ਬੈਠਾ ਜੋ ਧਿਜ ਜਾਂਦੇ ਆ ਜਦੋਂ ਕਿਸੇ ਤੇ ਜ਼ਿਆਦਾ ਹੀ ਯਕੀਨ ਕਰਦੇ ਆ ਬਸ ਉਹਦੀ ਆਪਾਂ ਮਾਰ ਖਾਂਦੇ ਆ। ਮੈਂ ਕੰਮ ਵੀ 10-15 ਲੱਖ ਰੁਪਏ ਦਾ ਹੁਣ ਘੱਟੋ 10-15 ਲੱਖ ਰੁਪਇਆ ਦਊਗਾ, ਪਤਾ ਨਹੀਂ ਕਦੋਂ ਦਊਗਾ ਯਾਰ, ਹੁਣ ਤਾਂ ਲਾਰੇ ਲਾਈ ਜਾਂਦਾ ਅੱਜ ਨੇ ਦਿੰਦਾ ਕੱਲ ਨੂੰ ਦਿੰਦਾ ਪਰਸੋਂ ਦਿੰਦਾ ਹੈ, ਹੁਣ ਸਾਰਾ ਕੰਮ ਬੰਦ ਹੋ ਗਿਆ। ਚਲੋ ਕੋਈ ਨਾ, 2 ਟਾਈਮ ਦੀ ਰੋਟੀ ਤਾਂ ਖਾ ਕੇ ਸੋਨੇ ਆ ਨਾ, ਰਹੀ ਗੱਲ ਰੱਖੜੀ ਦੀ, ਜੇ ਨਾ ਵੀ ਸੂਟ ਲੈ ਕੇ ਦਿੱਤਾ ਗਿਆ ਮੈਂ ਪੁਰਾਣੇ ਹੀ ਪਾ ਦੂੰਗੀ, ਜੇ ਵਾਲੀ ਗੱਲ ਹੋਈ ਮੈਂ ਜਾਊਂਗੀ ਨੀ। ਲੈ ਕਮਲੇ ਹਥਿਆਰ ਤੇ ਮਸਾਂ ਆਉਂਦਾ ਦੇਖ,
ਕਿਉਂ ਤੇਰੇ ਭਰਾ ਵਾਲੇ ਮੈਂ ਤੈਨੂੰ ਸੰਧਾਰਾ ਦੇਖ ਗਏ ਆ ਹੈ ਐਵੇਂ ਤੂੰ ਜਾਈ ਫਿਕਰ ਨਾ ਕਰ ਰੱਖੜੀ ਤੇ ਭਰਾਵਾਂ ਨੂੰ ਆਸ ਹੀ ਹੁੰਦੀ ਆ ਵੀ ਮੇਰੀ ਭੈਣ ਆਊਗੀ ਰੱਖੜੀ ਬੰਨ ਕੇ ਜਾਊਗੀ ਭੈਣਾਂ ਨੂੰ ਵੀ ਭਾਈਆਂ ਤੋਂ ਬਹੁਤ ਵੱਡੀ ਆਸ ਹੁੰਦੀ ਆ ਜੇ ਆਪਾਂ ਮਿਲ ਕੇ ਆਵਾਂਗੇ ਕੋਈ ਵੀ ਭੈਣ ਹੋਵੇ ਚਾਹੇ ਨਾ ਜਿੰਨਾ ਟਾਈਮ ਮਰਜ਼ੀ ਨਾ ਜਾਵੇ ਰੁੱਸੀ ਹੋਵੇ ਪਰ ਰੱਖੜੀ ਵਾਲੇ ਦਿਨ ਨਾ ਆਪਦੇ ਭਰਾ ਦੀ ਜ਼ਰੂਰ ਯਾਦ ਆਉਂਦੀ ਹੈ ਭੱਜੀ ਜਾਂਦੀ ਹੈ ਤੇ ਜਿੰਨਾ ਮਰਜ਼ੀ ਗੁੱਸੇ ਗਿੱਲੇ ਹੋਣ ਚੱਲ ਕੋਈ ਗੱਲ ਤੂੰ ਫਿਕਰ ਨਾ ਕਰ ਤੇ ਮੈਂ ਲਾਜ਼ਮੀ ਜਾਊਂਗਾ ਠੀਕ ਹੈ ਤੇ ਤੇਰੇ ਵਾਸਤੇ ਸੂਟ ਲਿਆਊਂਗਾ ਤੇ ਕੰਮ ਤੇ ਵੀ ਜਾਂਦਾ ਮੈਂ ਕੀ ਪਤਾ ਕੰਮ ਮਿਲ ਹੀ ਜਾਵੇ ਹੈਂ ਤੁਸੀਂ ਪਤਾ ਕਰਕੇ ਆਓ ਕੰਮ ਹਾਂ ਚੱਲ ਠੀਕ ਹੈ ਮੈਂ ਰੋਟੀ ਤੇ ਚਾਹ ਪਾਣੀ ਪੀ ਲਿਆ ਰੋਟੀ ਵੀ ਖਾ ਲਈ ਹੁਣ ਮੈਂ ਸ਼ਾਮ ਨੂੰ ਲੇਟ ਆ ਸਕਦਾ ਘੰਟਾ ਡੇਢ ਘੰਟਾ ਚੰਗਾ ਬਾਲਾ ਲੇਟ ਨਾ ਹੋਇਓ ਪਰ ਨਹੀਂ ਬਾਲਾ ਨਹੀਂ ਦਸ ਬਾਈ ਇੱਥੇ ਸਣੀ ਕਰੀ ਹੈ ਹਾਂ ਸਣੀ ਵੀ ਰਹਿਤੀ ਹੈ ਚੱਲ ਮੋੜੀ ਜਾ ਦੇ ਕੱਪੜੇ ਕੱਪੜੇ ਨਾ ਲਿਆਉਂਦੇ ਹੁਣ ਅੱਜ ਚੱਲ ਮੈਂ ਕਰਦਾ ਗੱਲ ਉਹਦੇ ਨਾਲ ਫਿਰ ਮੈਂ ਜਾਣਾ ਹੈ ਬਾਈ ਆ ਗਿਆ ਕਿਵੇਂ ਬਾਈ ਵਧੀਆ ਵਧੀਆ ਛੱਡ ਲੈ ਤੂੰ ਦੱਸ ਕੈਮ ਮੈਂ ਤਾਂ ਠੀਕ ਆ ਕਿਵੇਂ ਢਿੱਲਾ ਜਿਹਾ ਹੋਇਆ ਬੈਠਾ ਹੋਏ ਨਾ ਬਸ ਊਈ ਬਸ ਮੂਡ ਜਾ ਖਰਾਬ ਜਾ ਹੋਇਆ ਥੋੜਾ ਜਿਹਾ ਕੀ ਹੋ ਗਿਆ ਮੂਡ ਨੂੰ ਤੇਰੇ ਨੂੰ ਨਾ ਨਾ ਕੁਛ ਨਹੀਂ ਹੋਇਆ ਸੈੱਟ ਕਰ ਦਿੰਨੇ ਆ ਨਾ ਸੈੱਟ ਹੀ ਰੱਖ ਕਰ ਦੂ ਪ੍ਰਮਾਤਮਾ ਉਹ ਤਾਂ ਗੱਲ ਠੀਕ ਆ ਮੈਂ ਤੇਰੇ ਕੋਲ ਐ ਆਇਆ ਸੀ ਬਾਈ ਦੱਸ ਭਾਬੀ ਆ ਹੁਣ ਤੀਆਂ ਦਾ ਮਤਲਬ ਰੱਖੜੀਆਂ ਦਾ ਤਿਉਹਾਰ ਹੈ ਹਾਂ ਭਾਬੀ ਨੇ ਵੀ ਜਾਣਾ ਤੇ ਮੇਰੇ ਘਰਦਿਆਂ ਨੇ ਵੀ ਜਾਣਾ ਉਹ ਕੋਈ ਨਾ ਸਹਿ ਮੈਂ ਸਮਝ ਗਿਆ ਉਹ ਮੈਨੂੰ ਕੰਮੋਂ ਕਹਿੰਦੀ ਸੀਗੀ ਵੀ ਜਾਂ ਤਾਂ ਰੀਤ ਪਹਿਲਾਂ ਜਾ ਆਊ ਇੱਕ ਦੋ ਦਿਨ ਤੇ ਜਾਂ ਮੈਂ ਵੀ ਮਗਰੋਂ ਵਗ ਜੂੰਗੀ ਜਾਂ ਮੈਂ ਪਹਿਲਾਂ ਜਾ ਆਉਂਦੀ ਹਾਂ ਫਿਰ ਘਰ ਦਾ ਔਖਾ ਹੋ ਜਾਊਗਾ ਉਹ ਤਾਂ ਗੱਲ ਮੈਂ ਸਮਝ ਗਿਆ ਸੀ ਕੋਈ ਗੱਲ ਨਹੀਂ ਜਿਵੇਂ ਤੁਸੀਂ ਜੇ ਪਹਿਲਾਂ ਜਾ ਕੇ ਆਉਣਾ ਪਹਿਲਾਂ ਜਾ ਆਓ ਜੇ ਅਸੀਂ ਪਹਿਲਾਂ ਜਾਣਾ ਤਾਂ ਅਸੀਂ ਪਹਿਲਾਂ ਜਾ ਆਉਂਦੇ ਹਾਂ ਉਹ ਗੱਲ ਨਹੀਂ ਆ ਗੱਲ ਆਏ ਆ ਤੈਨੂੰ ਪਤਾ ਮੇਰਾ ਕੰਮ ਹੁਣ ਮੰਦਾ ਚੱਲੀ ਆ ਉਹ ਮੇਰੇ ਨਾਲ ਠੱਗੀ ਵੱਜ ਗਈ ਇੱਕ ਤਰ੍ਹਾਂ ਦਾ ਘਾਟਾ ਹੀ ਪਿਆ ਹੋਇਆ ਬਿਜ਼ਨਸ 'ਚ 10-15 ਲੱਖ ਰੁਪਇਆ ਉੱਧਰ ਗਿਆ ਹੋਇਆ ਅੱਛਾ ਉਹ ਪੈਸਾ ਪੂਸਾ ਦੀ ਲੋੜ ਆ 1000-2000 ਦੀ ਜਾਣਾ ਤਾਂ ਉਹਨੇ ਗੱਲ ਸੁਣ ਪਹਿਲਾਂ ਮੇਰੀ ਤੇ ਚੱਲ ਸੋ ਹੁਣ ਮੈਂ ਤੈਨੂੰ ਪਤਾ ਮਜਬੂਰੀ ਆ ਮੈਂ ਗਰੀਬੀ ਆਈ ਪਈ ਪੈਸੇ ਹੁਣ ਸੂਟ ਦਬਾ ਨਹੀਂ ਸਕਦਾ ਹੁਣ ਕੰਮੋਂ ਜਾ ਕੇ ਜਾਣ ਕੇ ਉਹਨੂੰ ਚੜਾਉਂਦੀ ਆ ਵੀ ਮੈਂ 10 ਵਾਲਾ ਸੂਟ ਲੈ ਕੇ ਆਊਂ ਮੈਂ 20,000 ਵਾਲਾ ਲੈ ਕੇ ਆਊਂ ਐ ਦੇਖੀ ਐ ਉਹਨੂੰ ਕਰਦੀ ਆ ਮਿਹਣੇ ਦਿੰਦੀ ਆ ਆਹਾ ਗੱਲ ਤੇ ਹੁਣ ਬੜਾ ਸਮਝਾਈ ਨਾ ਚੱਲ ਕੋਈ ਨਾ ਮੈਂ ਸਮਝਾ ਕੀ ਗੱਲ ਆ ਉਹਨੂੰ ਪਰ ਉਹਨੂੰ ਮਾਣ ਤੇ ਆਉਂਦਾ ਯਾਰ ਕਿਉਂਕਿ ਵੀ ਮੈਂ 5-5 ਹਜ਼ਾਰ ਦੇ ਸੂਟ ਪਾਉਂਦੀ ਹੁੰਦੀ ਸੀ ਪਹਿਲਾਂ ਕਦੋਂ ਸਾਡੇ ਕੋਲ ਪੈਸੇ ਹੁੰਦੇ ਸੀ ਹੁਣ ਇੱਕ ਵਾਰੀ ਗਰੀਬੀ ਆਈ ਪਈ ਆ ਮੌਕਾ ਜਿਹਾ ਭਰਦੀ ਆ ਹੋਰ ਨਹੀਂ ਕੋਈ ਗੱਲ ਫਿਰ ਮੈਨੂੰ ਵੀ ਔਖਾ ਜਿਹਾ ਆਉਂਦਾ ਬਸ ਉਹਨੂੰ ਸਮਝਾ ਦੀ ਉਹ ਕੋਈ ਨਾ ਮੈਂ ਸਮਝ ਸਕਦਾ ਤੈਨੂੰ ਹੁਣ ਲੋੜ ਆ ਪੈਸਿਆਂ ਦੀ ਪੈਸੇ ਦੇਵਾਂ ਕਿੰਨਾ ਕੁ ਦੀ ਲੋੜ ਆ ਦੱਸ ਦੇ ਮੈਨੂੰ ਚੱਲ ਐਂ ਕਰ ਵੀ 5,000 ਦੇ ਦੇ ਚੱਲ ਉਹ 5,000 ਦੀ ਲੋੜ ਆ ਵੱਧ ਤਾਂ ਨਹੀਂ ਚਾਹੀਦੇ ਨਹੀਂ 5,000 ਨਾ ਅੱਜ ਹੀ ਲੈ ਕੇ ਆਇਆ ਮੈਂ 30,000 ਰੁਪਏ ਕਢਾ ਕੇ ਨਾ 5,000 ਦੇ ਦੇ ਚੱਲ ਬਾਈ ਚੱਲ ਲੈ ਲੈ 5 ਤੇਰਾ ਸਰ ਜੂਗਾ ਮੈਂ ਕੰਮ ਆ ਸ਼ਾਮ ਤੇ ਪਰ ਮਿਲ ਜੂਗਾ ਮੈਨੂੰ ਹੁੰਦੇ ਸੁੰਦੇ ਵੀ ਨਾ ਝੂਠ ਮਾਰਨਾ ਚਾਹੀਦਾ 1, 2, 3, 4, 5 10,000 ਰੁਪਈਆ ਭਾਬੀ ਨੂੰ ਮੇਰੇ ਵੱਲੋਂ ਦੇ ਦੀ ਆ ਲੈ ਜਨਾਨੀ ਦੇ ਸ਼ੌਕ ਨੀ ਪੂਰੇ ਕਰ ਸਕਦਾ
ਨਾ ਵਿਆਹ ਕੇ ਲਿਆਉਂਦਾ, ਘੱਟ ਖਰਚਾ ਕਰ ਲਿਆ ਕਰ, ਹੁਣੇ ਤੂੰ ਮੰਗੀ ਜਾਂਦਾ ਗਾ। ਮੇਰੀ ਗੱਲ ਸੁਣ ਲਾ, ਮੇਰੇ ਬੰਦੇ ਦੀ ਕਮਾਈ ਤੇ ਤੁਹਾਡਾ ਹੱਕ ਨੀ ਹੈਗਾ, ਨਾ ਤੇਰਾ ਤੇ ਨਾ ਤੇਰੀ ਜਨਾਨੀ ਦਾ, ਇਹਨਾਂ ਤੇ ਹੱਕ ਮੇਰਾ ਗਾ। ਮਾਰਦਾ ਗੱਲਾਂ ਭਾਬੀ, ਮੈਂ ਉਧਾਰ ਹੀ ਮੰਗੇ ਸੀ, ਨਾਲੇ ਮੈਂ ਕਿਹਾ ਵੀ ਨੀ ਸੀ, ਬਾਈ ਕਹਿੰਦਾ ਤੈਨੂੰ ਪੈਸਿਆਂ ਦੀ ਲੋੜ ਆ ਨਾ ਤੇ ਲੈ ਲਾ, ਤਾਂ ਕਰਕੇ ਮੈਂ ਮੰਗ ਲਏ ਸੀ, ਨੀ ਮੈਨੂੰ ਤਾਂ ਲੋੜ ਵੀ ਹੈਨੀ ਸੀ। ਖਰਚਾ ਤੂੰ ਨਾ ਮੈਨੂੰ ਐ ਕਿਹਾ ਸੀਗਾ, ਤੂੰ ਮੈਨੂੰ ਖਰਚਾ ਤਾਂ 10,000 ਗਣਾਇਆ ਸੀ, ਮੈਂ ਤੈਨੂੰ 20 ਲਿਆ ਕੇ ਦੇਤਾ। ਨਾ ਤੇ 10 ਹੀ ਦੀ ਰਹਿਣ ਖਤਰ ਕਢਾ ਕੇ ਲੈ, ਕੀ ਲੱਗਦੀ ਉਹ ਤੁਹਾਡੀ? ਉਹ ਨਾ ਬਾਬੀ ਤੁਸੀਂ ਲੜਾਉਣਾ ਕੀ? ਭਾਬੀ ਭਾਬੀ ਕਲੇਸ਼ ਤਾਂ ਸਰ ਯਾਰ ਤੂੰ ਹੀ ਹੈਗਾ, ਜੇ ਕਮਾਉਂਦਾ ਹੋਵੇ ਢੰਗ ਦਾ, ਕਮਾਈ ਕਰਦਾ ਹੋਵੇ, ਜਨਾਨੀ ਦੇ ਸ਼ੌਂਕ ਆਪ ਪੂਰੇ ਕਰਦੇ, ਦੂਜੇ ਦੇ ਹੱਥਾਂ ਵਾਲੇ ਦੀ ਝਾਕੀ ਦਾ ਕੰਮੋ। ਚਲ ਕੋਈ ਨਾ, ਤੁਸੀਂ ਚੁੱਪ ਕਰੋ। ਓ ਯਾਰ ਰੱਬ ਦੇ ਰੰਗ, ਆਪਾਂ ਨੂੰ ਕੀ ਰੱਬ ਦੇ ਰੰਗ ਆ ਗਏ? ਬਾਈ ਨੂੰ ਘਾਟਾ ਪੈ ਗਿਆ, 60 ਲੱਖ ਰੁਪਏ ਆਪਣੀ ਵਜ੍ਹਾ ਕਰਕੇ ਪੈ ਗਿਆ, ਲੱਛਣ ਮਾੜੇ ਸੀਗੇ। ਲੱਛਣ ਨੂੰ ਯਾਰ ਸਾਰੇ ਪਿੰਡ ਨੂੰ ਪਤਾ ਹੈ, ਸਾਡੇ ਦੋਨੇ ਭਰਾਵਾਂ ਦੀ ਇੱਜ਼ਤ ਯਾਰ। ਤੁਸੀਂ ਚੁੱਪ ਰਹੋ, ਠੀਕ ਹੈ ਨਾ? ਤੁਹਾਨੂੰ ਮੈਂ ਪੁੱਛਿਆ ਨਹੀਂ, ਮੈਂ ਇਹਦੇ ਨਾਲ ਗੱਲ ਕਰ ਰਹੀ ਹਾਂ, ਹੋਰ ਮੇਰੀ ਪਿੱਠ ਪਿੱਛੇ ਕੀ ਲੈ ਕੇ ਜਾਂਦਾ ਹੋਏਗਾ ਤੂੰ? ਭਾਬੀ ਪਹਿਲੀ ਵਾਰ ਮੰਗਿਆ ਮੈਂ ਤਾਂ, ਮੈਨੂੰ ਤਾਂ ਨਾ ਤੇਰੇ ਤੇ ਢੇਲੇ ਦਾ ਯਕੀਨ ਨਹੀਂ ਹੈਗਾ, ਨਾ ਤੇਰੇ ਤੇ ਨਾ ਤੇਰੀ ਜਨਾਨੀ ਤੇ। ਉਹ ਭਰਾਵਾ ਜੇ ਇਹਨੂੰ ਮੈਂ ਦੇ ਦਿੰਦਾ ਨਾਲ ਦੀ ਨਾਲ ਮੋੜ ਦਿੰਦਾ। ਮੈਨੂੰ ਕੀ ਪਤਾ, ਮੈਨੂੰ ਦੱਸ ਦਿਓ ਤੁਸੀਂ, ਨਾ ਕਦੇ ਮੈਨੂੰ ਦਿੱਤਿਆ ਨਾ ਦੱਸਿਆ ਮੈਂ ਪੈਸੇ ਦਿੱਤੇ, ਨਾ ਕਦੇ ਮੋੜਿਆ ਨਾ ਦੱਸਿਆ ਮੈਨੂੰ ਪੈਸੇ ਮੋੜੇ। ਆਹ ਤਾਂ ਵਧੀਆ, ਮੈਨੂੰ ਟਾਈਮ ਸਿਰ ਪਤਾ ਲੱਗ ਗਿਆ, ਮੈਂ ਆ ਗਈ ਗੱਲਾਂ ਸੁਣ ਕੇ, ਇਹ ਜੇਬ ਚ ਪਾ ਕੇ ਵੀ ਡੰਡੀ ਲੱਗਦਾ ਇਹ। ਭਾਬੀ ਦੁੱਖ ਵੇਲੇ ਭਰਾ ਹੀ ਕੰਮ ਆਉਂਦੇ ਹੁੰਦੇ ਆ। ਅੱਛਾ, ਦੁੱਖ ਵੇਲੇ ਭਰਾ ਤੇ ਸੁੱਖ ਵੇਲੇ ਸਹੁਰੇ, ਉਹ ਤਾਂ ਤੀਜੇ ਦਿਨ ਲੈ ਕੇ ਤੁਰ ਪੈਂਦਾ ਸੀ ਆਪਦੀ ਮਹਾਰਾਣੀ ਨੂੰ। ਮੇਰੀ ਗੱਲ ਸੁਣ ਲਾ, ਆਪਦੀ ਜਨਾਨੀ ਨੂੰ ਵੀ ਸਮਝਾ ਦੇ, ਜੇ ਨਹੀਂ ਔਕਾਤ ਹੈਗੀ ਨਾ ਮਹਿੰਗੇ ਕੱਪੜੇ ਪਾਉਣ ਦੀ, ਐਵੇਂ ਮੰਗ ਮੰਗ ਕੇ ਕੋਈ ਉਹ ਕਰਨ ਦੀ ਲੋੜ ਨੀ, ਮੇਰੇ ਪੁਰਾਣੇ ਕੱਪੜੇ ਪਏ ਆ। ਕੁਛ ਤਾਂ ਹੋਰ ਲੜਾਈ ਵਧੂਗੀ, ਚੁੱਪ ਹੀ ਕਰ ਜਾਂਦੀ ਆ, ਮੈਂ ਉਹਨੂੰ ਕਹਿ ਦਿੰਦੀ ਮੈਂ ਸੂਟ ਹੀ ਨਹੀਂ ਲੈਣਾ। ਬੜਾ ਦਿਮਾਗ ਚ ਫਰਕ ਆ ਨਾ, ਕੀ ਸੀ ਇਹ? ਤੁਸੀਂ ਦੱਸ ਦੋ ਕੀ ਸੀ? ਯਾਰ ਕਮੋ ਭਰਾ ਸੀਗਾ, ਫੇਰ ਕੀ? ਭਰਾ ਸੀ, ਸਿਰ ਚ ਮਤਾ ਲੋ ਭਰਾ ਸੀ। ਤਾਂ ਮੇਰੀ ਗੱਲ ਸੁਣੋ, ਤੁਹਾਨੂੰ ਕਿਹਨੇ ਕਿਹਾ ਸੀ ਵੀ ਪੈਸੇ ਕੱਢ ਕੇ ਦੇ ਉਹਨੂੰ? ਉਹ ਵਿਚਾਰੀ ਬੋਲ ਤੋਂ ਬਾਅਦ, ਅੱਛਾ ਵਿਚਾਰੀ, ਉਹ ਵਿਚਾਰੀ ਹੋ ਗਈ ਮੋਮੋ ਠਗਣੀ, ਜਿਹੜੀ ਜੀ ਜੀ ਕਰਕੇ ਉਹ ਕਰੀ ਤੇ ਵਿਚਾਰੀ ਹੋ ਗਈ ਹੈ। ਉਹ ਹੀ ਕਹਿ ਦੇ ਵੀ ਤੇਰਾ ਦਿਲ ਆਇਆ ਵੀ ਹੈਗਾ, ਵੀ ਤੂੰ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ? ਮੇਰਾ ਤਾਂ ਦਿਮਾਗ ਖਰਾਬ ਹੋ ਗਿਆ। ਅੱਛਾ ਉਹਦੇ ਤੇ ਮਿੰਟ ਚ ਪੈਸੇ ਕੱਢ ਕੇ ਫੜਾਤੇ ਨੇ, ਮੇਰੇ ਵਾਰੀ ਪੁੱਛਦੇ ਰਹਿੰਦੇ ਹੋ? ਮਾਮਾ ਜੀ ਹੁੰਦੀ ਆ ਵੱਡੀ ਭਾਬੀ। ਬਸ ਕਰੋ ਬਸ ਕਰੋ, ਰਹਿਣ ਦੋ, ਟਕੇ ਰਹੋ, ਸਭ ਲੋ ਦੇ ਦਿਓ ਜਿਹਨੂੰ ਦੇਣੇ ਨੇਗੇ, ਰੱਖ ਲੈ ਹੁਣ ਤੂੰ ਹੀ। ਮੈਂ ਕੀ ਕਰਨੇ ਆ, ਦਿਮਾਗ ਖਰਾਬ ਹੋਇਆ ਜਨਾਨੀ ਦਾ, ਕਿੱਡੀ ਦੀ ਗੱਲ ਆ, ਨਾਲ ਦਾ ਜੰਮਿਆ ਵਾ ਮੇਰੇ, ਵੀ ਜੇ 5,000 ਰੁਪਇਆ ਦੇਤਾ ਹੈਂ ਜਦੋਂ ਤੂੰ ਵਿਆਹੀ ਨਹੀਂ ਸੀ ਨਾ,
ਭਾਬੀ ਕੀ ਤਲੀਆਂ ਥੱਲੇ ਹੱਥ ਦਿੰਦੀ ਹੁੰਦੀ ਸੀ, ਰੋਟੀ ਖਾ ਲਾ, ਆਹ ਕਰ ਲਾ, ਆਹ ਕਰ ਲਾ, ਕਦੇ ਭੁੱਖੇ ਨੂੰ ਜਾਣ ਨਹੀਂ ਸੀ ਦਿੱਤਾ। ਉਹਨਾਂ ਦੀ ਪੜ੍ਹਾਈ ਕਰਨੀ, ਅੱਜ ਨੌਕਰੀ ਕਰਦਾ ਮੈਂ, ਉਹਨੇ ਚੱਲ ਬਿਜ਼ਨਸ ਚਲਾਇਆ ਪ੍ਰਾਈਵੇਟ ਬੰਦੇ ਦਾ, ਕਈ ਹੋ ਜਾਂਦਾ ਧੱਕਾ, ਰੱਬ ਦੇ ਰੰਗ ਆ ਸਰ ਗਿਆ ਦਾ। ਭਾਬੀ ਨਾ ਬੋਲਣ ਲੱਗੇ, ਸੋਚਦੀ ਨੀ ਮੇਰਾ ਕਿਹੜਾ ਜੀ ਕਰਦਾ ਜੀ ਪੈਸੇ ਮੰਗਣ ਨੂੰ। ਹੈਂ, ਮੇਰੇ ਕੋਲ ਲੱਖਾਂ ਰੁਪਏ ਹੁੰਦੇ ਜੀ ਪੈਸਿਆਂ ਦੇ ਵੀਰ, ਅੱਜ ਪੰਜੇ ਨੂੰ ਤਰਸ ਗਿਆ। ਬਸ ਇੱਕ ਤੇ ਯਕੀਨ ਕੀਤਾ ਸੀ ਵੀ 15 ਲੱਖ ਰੁਪਏ ਥੋੜ੍ਹੀ ਰਕਮ ਨਹੀਂ, ਥੋੜ੍ਹੇ ਥੋੜ੍ਹੇ ਕਰਕੇ ਮੋੜ ਦੇਵੇ, ਤੇਰੇ 'ਤੇ ਵਿਸ਼ਵਾਸ ਕੀਤਾ ਜੀ ਕੰਜਰਾ। ਮੈਂ ਆਪਦੇ ਘਰ ਨੂੰ ਇੱਕ ਸੂਟ ਨਹੀਂ ਦਵਾ ਸਕਦਾ ਯਾਰ, ਭਾਵੇਂ ਅੱਜ ਦੇਖ ਲਾ ਜਾਂ ਰਾਤ ਕਰਤੇ ਰੱਬ ਨੇ। ਚੱਲ ਕੋਈ ਗੱਲ ਨਹੀਂ, ਕੀ ਹੋਇਆ ਤੁਹਾਨੂੰ? ਹੋ ਹੋ ਉਹ ਉਹ ਆਇਆ ਸੀ, ਦੂਜਾ ਫੋਨ ਆਇਆ ਸੀ ਉਹਦਾ, ਕੀ ਨਾਮ ਆ, ਹੈਪੀ ਨੀ, ਉਹਦਾ ਨਾ ਰਾਤ ਦੀ ਡਿਊਟੀ ਹੋ ਗਈ ਤੇਰੀ, ਤੂੰ ਹੁਣ ਸੌਂ ਜਾ ਤੇ ਰਾਤ ਨੂੰ ਡਿਊਟੀ ਤੇ 8 ਵਜੇ ਆ ਜਾ ਕਰੀ ਸੈਲਰ 'ਚ, ਤੇ 700 ਰੁਪਏ ਦਿਹਾੜੀ ਦੇ ਦਿਆ ਕਰੋ ਤੁਹਾਨੂੰ। ਮੈਂ ਨਾ ਸਾਰਾ ਕੁਛ ਸੁਣ ਲਿਆ, ਮੇਰੇ ਤੋਂ ਲੁਕਾਉਣ ਦੀ ਕੋਈ ਲੋੜ ਨਹੀਂ ਹੈਗੀ, ਮੈਨੂੰ ਸੂਟ ਦੀ ਲੋੜ ਹੀ ਨਹੀਂ, ਬਸ ਮੈਂ ਵੀ ਠੀਕ ਹਾਂ, ਮੈਂ ਪੁਰਾਣਾ ਸੂਟ ਪਾ ਕੇ ਚਲੇ ਜਾਊਂਗੀ ਕੋਈ ਨਾ, ਨਾਲੇ ਸੂਟਾਂ ਨਾਲ ਥੋੜ੍ਹੇ ਰਿਸ਼ਤੇ ਰਹਿੰਦੇ ਆ। ਲੈ ਕਮਲੇ, ਕਹਿ ਜੇ ਲੱਗ ਰਹੀ ਇੰਨੀ ਹੈ, ਕੀ ਸੁਣ ਲਿਆ ਹੈਂ? ਬਸ ਕਰੋ, ਜਿਹੜੇ ਹਿਸਾਬ ਨਾਲ ਉਹਨੇ ਬੇਇੱਜ਼ਤੀ ਕੀਤੀ ਹੈ ਨਾ, ਮੈਨੂੰ ਨਹੀਂ ਲੱਗਦਾ ਵੀ ਕੋਈ ਬੰਦਾ ਹੋਰ ਹੁੰਦਾ ਤਾਂ ਸਹਿ ਲੈਂਦਾ। ਉਹ ਲੈ ਕਮਾਲ ਕਰੀ ਜਾਂਦੀ ਆ, ਉਹ ਵੱਡੀ ਭਾਬੀ ਆ, ਫਿਰ ਕੀ ਹੋ ਗਿਆ? ਹਾਂ ਉਸ ਨਹੀਂ ਹੁੰਦਾ, ਐਂ ਕੀ ਹੁੰਦਾ, ਬੋਲੀ ਜਾਂਦੇ ਰਹਿੰਦੇ। ਬਸ ਜਦੋਂ ਮੈਂ ਤੁਹਾਨੂੰ ਕਹਿ ਹੀ ਦਿੱਤਾ ਵੀ ਮੈਨੂੰ ਸੂਟ ਚਾਹੀਦਾ ਨਹੀਂ, ਬਸ ਹੁਣ ਕਿਸੇ ਤੋਂ ਵੀ ਸੂਟ ਨਾ ਪੁੱਛਣਾ ਨਹੀਂ ਕਿ ਮੈਂ ਸੂਟ ਲੈ ਕੇ ਦੇਣਾ, ਰੀਤ ਨੂੰ ਸਰ ਜੂਗਾ ਮੈਨੂੰ ਸੂਟ ਤੋਂ ਬਿਨਾਂ। ਚੱਲ ਕੋਈ ਗੱਲ ਨਹੀਂ, ਅਜੇ ਪਏ ਬਹੁਤ ਨਾ, 700 ਰੁਪਏ ਦਿਹਾੜੀ ਬਹੁਤ ਹੁੰਦੀ ਆ, ਸੂਟ ਘੱਟ ਲਾ ਲੈ ਲੈ ਰਹੀ, ਕੋਈ ਗੱਲ ਨਹੀਂ ਨਾ ਕਰ, ਅਤੇ ਨਾਲੇ ਚੱਲ ਕੋਈ ਗੱਲ ਨਹੀਂ, ਪਤਾ ਲੱਗ ਗਿਆ ਭਾਬੀ ਦਾ ਪੋਣੋ, ਚੱਲ ਕੋਈ ਨਾ, ਵੀਰਾ ਤਾਂ ਆਪਣੇ ਨਾਲ ਆ, ਹੈਂ ਵੀਰਾ ਤਾਂ ਆਪਣੇ ਨਾਲ ਆ, ਚੱਲ ਦੀਦੀ ਦੀਆਂ ਗੱਲਾਂ ਦਾ ਤੁਸੀਂ ਵੀ ਗੁੱਸਾ ਨਾ ਕਰਿਓ। ਉਹ ਨਹੀਂ ਮੈਂ ਨਹੀਂ ਕਰਦਾ, ਉਹ ਤੂੰ ਨਾ ਦਿਲ ਹੌਲਾ ਕਰ, ਉਹ ਮੈਂ ਉਹ ਥਾਣੇਦਾਰ ਨੂੰ ਮਿਲਿਆ ਸੀ, ਹਾਂ ਉਹ ਕਹਿੰਦਾ ਤੇਰੇ ਪੈਸੇ ਵਾਪਸ ਕਰਵਾ ਦੂੰਗਾ, ਕਹਿੰਦਾ ਤੇਰੇ ਪੈਸੇ ਲੱਗਣਗੇ ਥੋੜ੍ਹੇ ਜਿਹੇ, ਉਹ ਕਹਿੰਦਾ ਮੈਂ ਤੇ ਕੀ ਕਰਨਾ ਵੱਡੇ ਐਮ ਐਲ ਏ ਕਿੰਨੀ ਉੱਧਰ ਜਾਣੇ ਪੈਸੇ, ਮੈਂ ਤੇਰੇ ਪੈਸੇ ਕਢਵਾ ਦੂੰਗਾ ਕਿਸੇ ਕਰਕੇ, ਵਕੀਲ ਤਗੜਾ ਕਰਾਊਗਾ ਇੱਕ ਤੇ, ਕਿਉਂ ਪਰ ਸਬੂਤ ਹੈ ਨਹੀਂ ਕੋਈ ਯਾਰ, ਸਬੂਤ ਹੁੰਦਾ ਫਿਰ ਤਾਂ ਆਪਾਂ ਪੈਸੇ ਵਾਪਸ ਕਰਾ ਲੈਂਦੇ, ਹੈ ਹੁਣ ਕੈਸ਼ ਦਾ ਕੀ ਸਬੂਤ ਆ, ਤੂੰ ਐਂ ਗੱਲ ਕਰ, ਸਬੂਤ ਬਣਾਉਣਾ ਨਾ ਤੂੰ ਉਹਨੂੰ ਵਟਸਐਪ 'ਤੇ ਕਾਲ ਕਰ, ਵਟਸਐਪ 'ਤੇ ਕਾਲ ਕਰਕੇ ਉਹਨੂੰ ਐਂ ਲਿਖ ਵੀ ਮੇਰੇ ਪੈਸੇ ਕਦੋਂ ਦੇਗਾ, ਜੇ ਉਹਨੇ ਰੀਪੇਮੈਂਟ ਦੇ ਵਿੱਚ ਦੇ ਦਾਂਗੇ ਕੋਈ ਨਾ ਥੜੇ ਕਰਕੇ, ਫਿਰ ਤੇਰੇ ਕੋਲ ਸਬੂਤ ਬਣ ਜੂਗਾ, ਜਾਂ ਉਹਨੂੰ ਕੋਈ ਮੈਸੇਜ ਕਰ, ਬੇ ਉਹ ਲਿਖਤੀ ਸਬੂਤ ਹੋ ਜੂਗਾ, ਹੈਂ ਵੀ ਜਾਂ ਰਿਕਾਰਡ ਕਰ ਕੋਈ ਗੱਲਬਾਤ ਵੀ ਉਹਦੀ, ਵੀ ਪੈਸੇ ਕਦੋਂ ਤੱਕਰ ਦੇ ਦਿਓਗੇ, ਜਾਂ ਐਂ ਕਰ, ਉਹ ਜਵਾਬ ਦਊਗਾ ਵੀ ਦੇ ਦੂੰ 2 ਮਹੀਨਿਆਂ 3 ਮਹੀਨਿਆਂ ਨੂੰ, ਅਤੇ ਉਹ 'ਚ ਮੈਂ ਐਂ ਦੱਸ ਦੇ 15 ਲੱਖ ਰੁਪਏ ਯਾਰ ਥੋੜ੍ਹੀ ਮੋਟੀ ਰਕਮ ਨਹੀਂ, ਉਹ ਕੋਈ ਗੱਲ ਨਹੀਂ, ਐਵੇਂ ਐਂ ਕਰਨਾ ਪਊ ਹੱਲ, ਫਿਰ ਤਾਂ ਕੋਰਟ 'ਚ ਕੇਸ ਲੱਗ ਜੂਗਾ, ਨਹੀਂ ਫਿਰ ਤੈਨੂੰ ਪਤਾ ਹੀ ਰੱਬ ਆਸਰੀ ਹੈ।
ਚਲੋ ਕੋਈ ਗੱਲ ਨਹੀਂ, ਕੋਸ਼ਿਸ਼ ਤਾਂ ਜਾਰੀ ਰੱਖੋ। ਬਾਕੀ ਤਾਂ ਸੱਚੀ ਗੱਲ ਆ, ਰੱਬ ਆਸਰੀ ਹੈ। ਮੈਨੂੰ ਕੀ ਪਤਾ ਸੀ ਮੈਨੂੰ ਤੈਅ 'ਚ 2 ਲੱਖ ਰੁਪਇਆ ਬਚੂਗਾ, 15 ਲੱਖ ਦਾ ਮਾਲਾ, 2 ਲੱਖ ਰੁਪਇਆ ਵਿੱਚ ਕਮਿਸ਼ਨ, ਮੈਂ ਜਦੋਂ ਰੁਪਏ 'ਤੇ ਕਮਿਸ਼ਨ ਹੁੰਦਾ ਸੀ ਹੈ, ਚੱਲ 7-17 ਲੱਖ ਆਜੂ ਵਾਪਸ। ਮੈਨੂੰ ਕੀ ਪਤਾ ਸੀ ਵੀ ਧੋਖੇ ਨਾਲ ਲੈ ਜੂਗਾ ਭੈਣ ਦਾ ਵੀਰ, ਨਹੀਂ ਅੱਗੇ ਮੈਂ ਪਹਿਲਾਂ ਸਾਰੇ ਪੈਸੇ ਪਹਿਲਾਂ ਲੈਂਦਾ ਹੁੰਦਾ ਸੀ, ਫਿਰ ਮਾਲ ਤੋਲ ਕੇ ਨਾਲ ਦੇ ਨਾਲ ਕੱਡੇ 'ਤੇ ਪਰਚੀ ਕਰਾਈ, ਨਾਲ ਦੇ ਨਾਲ ਪੈਸੇ ਦਰਵਾਉਂਦਾ ਹੁੰਦਾ ਸੀ। ਬਸ ਐਂ ਕਹਿੰਦਾ ਬਸ ਤੂੰ ਆਇਆ ਨਾਲ ਹੀ ਦਿੰਦਾ ਤੈਨੂੰ ਮੈਂ, ਨਾਲ ਬੰਦਾ ਭੇਜ ਦੇ ਹੈਂ, ਬੰਦੇ ਨੂੰ ਦਾਰੂ ਪਿਆ ਕੇ ਮੀਟ ਮੂਟ ਖਵਾ ਕੇ ਘਰੇ ਭੇਜਤਾ ਭੈਣ ਦੇ ਵੀਰ ਨੇ। ਚਲ ਕੋਈ ਨਾ, ਟੈਨਸ਼ਨ ਨਾ ਲਓ, ਹੋ ਜਾਣਾ ਸਾਰਾ ਕੁਝ ਸੈੱਟ ਹੌਲੀ ਹੌਲੀ। ਚਲੋ ਹੋ ਜੂਗਾ ਸੈੱਟ। ਰਹੀ ਗੱਲ ਰੱਖੜੀ ਵਾਲੀ ਗੱਲ, ਹੁਣ ਮਨ 'ਚੋਂ ਕੱਢ ਦਿਓ, ਜੇ ਤਾਂ ਵੀਰਾ ਇੱਥੇ ਆ ਕੇ ਬਣਾ ਜੂਗਾ, ਜਾਂ ਫਿਰ ਮੈਂ ਬਸ ਜਿਵੇਂ ਵੀ ਹੈਗੀ ਐਵੇਂ ਘਰੋਂ ਤਿਆਰ ਹੋ ਕੇ ਇਹ ਬੰਨੇ ਆਉਂਗੇ। ਉਹ ਨਹੀਂ ਕੋਈ ਗੱਲ ਨਹੀਂ ਚੱਲਾਂਗੇ, ਇੰਨਾ ਵੀ ਨਹੀਂ ਮੈਂ ਹੁਣ ਗੁਜ਼ਰਾ, ਮੈਂ ਕੋਈ ਗੱਲ ਨਹੀਂ, 2-400 ਦਾ ਸੂਟ ਨਹੀਂ ਦਵਾ ਸਕਦਾ, ਤੂੰ ਫਿਕਰ ਨਾ। ਲੈਣਾ ਹੀ ਨਹੀਂ ਸੂਟ ਹੀ ਨਹੀਂ ਲੈਣਾ ਮੈਂ। ਚੱਲ ਕੋਈ ਗੱਲ ਸੋਚਦੇ, ਚੱਲ ਮੈਂ ਮਾੜਾ ਜਾ ਆ ਮੈਂ ਕੰਮ ਜਾ। ਚੰਗਾ ਰੀਤਾ ਥੋੜਾ ਜਾ ਤਾਂ ਨੀ ਆਈ ਹੈਗੀ, ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਉਣੀ ਆ। ਸੀਗੇ ਅਸੀਂ ਫਿਰ ਆਇਆ ਨਾ ਪਿੰਡ ਗਏ ਸੀ। ਹਾਂ ਅਸੀਂ ਪਿੰਡ ਜਾਇਆ ਸੀਗੇ, ਫਿਰ ਫਲੈਟ ਸੀ ਰੱਖੜੀ, ਹੋਰ ਫਿਰ ਫਲੈਟ ਆ ਨਾ ਗਾਹਾਂ, ਫਿਰ ਅਸੀਂ ਬਾਹਰ ਜਾਣਾਗਾ ਤਾਂ ਕਰਕੇ ਉਹ ਹੈਗਾ। ਫਿਰ ਦੇਖੀ ਮੇਰੇ ਕੋਲ ਤਾਂ ਆ ਜਾਂਦੀ ਉਹ, ਆਉਣਾ ਤਾਂ ਸੀਗਾ ਉਹ, ਫਿਰ ਤੈਨੂੰ ਪਤਾ ਹੁਣ ਕੱਪੜੇ ਲੇਡੀ ਦੀ ਸ਼ੋਪਿੰਗ ਵੀ ਕਰਨੀ ਆ, ਉਹ ਕਹਿੰਦੀ ਕੋਈ ਗੱਲ ਨਹੀਂ ਆਪਾਂ ਕਹਿੰਦੇ ਠਹਿਰ ਕੇ ਹੱਥ ਨਹੀਂ ਠੰਡੇ 2 ਘੰਟੇ 'ਚ ਲਾਇਆ ਆਵਾਂਗੇ। ਮੈਂ ਚੱਲ ਕੋਈ ਨਾ ਉਹਦੇ ਬਖਸ਼ ਲਈ, ਨਾ ਆਹ ਆਹ ਸੂਟ ਫੜਾਏ ਸੀ ਤੇਰੇ ਭਰਾ ਨੇ। ਅੱਛਾ ਹਾਂ, ਵੀਰੇ ਨੇ ਸੂਟ ਭੇਜੇ, ਤੇਰੇ ਭਰਾ ਨੇ 2 ਸੂਟ ਭੇਜੇ ਹੈਗੇ, ਦੇਖ ਲੈ ਇਹਨਾਂ 'ਚੋਂ ਜਿਹੜਾ ਪਸੰਦ ਆ ਰੱਖ ਲਾ। ਫਿਰ ਤੇਰੀ ਭੈਣ ਨੇ ਕਿਹਾ ਹੋਇਆ ਮੈਂ ਲੜਦੀ ਹੈਗੀ ਵੀ ਆਹ ਸੂਟ ਸੋਹਣਾ ਸੀ ਮੈਂ ਸਵਾਉਣਾ ਸੀ, ਆਹ ਸੂਟ ਸੋਹਣਾ ਸੀ ਮੈਂ ਸਵਾਉਣਾ ਸੀਗਾ, ਹੁਣ ਜਿਹੜਾ ਤੇਰਾ ਦਿਲ ਕਰਦਾ ਗਾ ਉਹ ਰੱਖ ਲਾ। ਲੈ ਆਹ 2 ਸੂਟ ਫੜਾਇਆ ਗਏ, ਭਰਾ ਨੇ ਕਿਹਾ ਗਾ ਵੀ ਜਦੋਂ ਰੱਖੜੀ ਬੰਨਣ ਆਵੇ ਨਾ ਇਹਨਾਂ 'ਚ 1 ਸੂਟ ਪਾ ਕੇ ਆਵੇ, ਰੱਖ ਲਾ ਜਿਹੜਾ ਰੱਖਣਾ ਤੂੰ। ਲੈ ਆਹ ਪਹਿਲੇ ਕਿਉਂ ਸੂਟ ਭੇਜਦੇ ਵੀਰੇ ਨੇ, ਜਦੋਂ ਮੈਂ ਜਾਂਦੀ ਉਦੋਂ ਹੀ ਦੇ ਦਿੰਦਾ ਜੋ ਵੀ ਦੇਣਾ ਸੀਗਾ। ਲੈ ਦੇਣਾ ਸੀਗਾ ਉਹ ਫਿਰ ਬਾਅਦ ਦੀ ਗੱਲ, ਬਾਅਦ 'ਚ ਰਹਿ ਜਾਂਦੀ ਹੈਗੀ। ਅਰੇ ਹੁਣ ਤੁਸੀਂ ਰੱਖੜੀਆਂ ਬੰਨਣ ਜਾਣਾ ਤਾਂ ਹੈਗਾ ਗਾ, ਵੀਰੇ ਨੂੰ ਸਾਰੀ ਗੱਲ ਦਾ ਪਤਾ ਹੀ ਹੈਗਾ, ਤੂੰ ਰਾਤ 10 ਪਹਿਲਾਂ ਇਹਨਾਂ 'ਚੋਂ ਲੈਣਾ ਕਿਹੜਾ ਗਾ, ਕਿਹੜਾ ਸੋਹਣਾ ਲੱਗਿਆ ਤੈਨੂੰ? ਨਹੀਂ ਜਿਹੜਾ ਤੁਹਾਨੂੰ ਭੈਣ ਵਾਸਤੇ ਪਸੰਦ ਹੈ ਨਾ, ਪਹਿਲਾਂ ਤੁਸੀਂ ਉਹ ਕੱਢ ਲਓ। ਉਹਦੀ ਜ਼ਿਆਦਾਤਰ ਚੁਆਇਸ ਤਾਂ ਆਹ ਹੁੰਦੀ ਹੈ, ਤੇ ਮੈਨੂੰ ਪਤਾ ਤੁਸੀਂ ਆਹ ਰੱਖਣੀ ਹੈ, ਆਹ ਰੱਖ ਲਓ। ਮੈਨੂੰ ਇਹਨਾਂ ਚੀਜ਼ਾਂ ਸਭ ਦਾ ਪਤਾ ਵੀ ਹਾਂ ਕਿਹਨੂੰ ਕੀ ਪਸੰਦ ਆ। ਉਹ ਤਾਂ ਗੱਲ ਹੈ, ਮੇਰੇ ਭਰਾ ਨੇ ਸੱਚੀ ਮੇਰੇ ਵਾਸਤੇ ਨਾ ਬਾਲਾ ਸੋਹਣਾ ਸੂਟ ਭੇਜਿਆ। ਠੀਕ ਗੱਲ ਆ, ਤੇ ਨਾਲ ਇਹ ਸਵਾ ਕੇ ਨਾ ਰੱਖੜੀ ਬੰਨਣ ਜਾਣੀ ਹੈਗੀ, ਇਹਦੇ ਸਵਾ ਕੇ ਇੱਥੇ ਘਰੀ ਰੱਖ ਲੈ ਵੀ ਪਾਉਣ ਲੱਗ ਜਾਊਗੀ, ਐਵੇਂ ਨਹੀਂ ਦਿੱਤੇ ਹੈਗੇ, ਰੱਖੜੀ ਲਈ ਦਿੱਤਾ ਤੁਹਾਨੂੰ ਇਹ। ਹਾਂ ਹਾਂ ਮੈਂ ਪੱਕਾ ਜਾਊਂਗੀ।
ਜਦੋਂ ਮੇਰੇ ਭਰਾ ਨੇ ਪਹਿਲੀ ਐਡਾ ਵੱਡਾ ਗਿਫਟ ਭੇਜਤਾ ਹੁਣ ਤਾਂ ਮੈਂ ਜਾਣਾ ਹੀ ਜਾਣਾ ਹੈ। ਚੱਲ ਕੋਈ ਗੱਲ ਨਹੀਂ, ਚੰਨੀ ਤਾਂ ਮੈਨੂੰ ਤਾਂ ਲੱਗਦਾ ਜੇ ਘੰਟਾ ਠਹਿਰ ਕੇ ਆਊਗਾ, ਮੈਂ ਚੱਲਦਾ ਫਿਰ। ਲੈ ਜਾਣਾ ਕਿੱਥੇ ਆ, ਚਾਹ ਪਾਣੀ ਪੀ ਕੇ ਫੇਰ ਜਾਇਓ। ਨਾ ਨਾ ਚਾਹ ਪਾਣੀ ਤਾਂ ਬਸ ਕੱਪੜੇ ਨੀ ਹੈਗੀ। ਚੱਲ ਠੀਕ ਆ ਮੈਂ ਚੱਲਦਾ, ਚੰਨੀ ਨੂੰ ਆਇਆ ਤਾਂ ਕਹਿੰਦੇ ਫੋਨ ਤੇ ਗੱਲ ਕਰ ਲਈ, ਘਰੇ ਤਾਂ ਉਹ ਘੱਟ ਹੀ ਖੜਦਾ ਗਾ। ਚੰਗਾ ਕਿੰਨਾ ਚੰਗਾ ਹੈ ਮੇਰਾ ਭਰਾ, ਰੱਬ ਨਾ ਆਪੇ ਕਿਤੇ ਨਾ ਕਿਤੇ ਵਿਹਲਾ ਕਰ ਦਿੰਦਾ। ਬੰਦੇ ਦੀ ਨੀਂਦ ਨੀ ਮਾੜੀ ਹੋਣੀ ਚਾਹੀਦੀ, ਹਮੇਸ਼ਾ ਨਾ ਆਪਦੇ ਘਰ ਦੇ ਨਾਲ ਹੀ ਰਹਿਣਾ ਚਾਹੀਦਾ ਹੈ। ਆ ਕਿਹਦਾ ਸੂਟ ਆ? ਮੇਰਾ। ਤੇਰਾ? ਤੂੰ ਕਿੱਥੋਂ ਲੈ ਆਈ? ਪੈਸੇ ਦਿੱਤੇ ਨਹੀਂ ਮੈਂ ਤੈਨੂੰ। ਥੋੜੇ ਆਈ ਬਸ, ਰੱਬ ਨੇ ਕਰਤਾ ਹਿੱਲਾ ਵਸੀਲਾ ਐਵੇਂ। ਰੱਬ ਨੇ ਰੱਬ ਰੱਬ ਨੇ ਤੇ ਹਿੱਲਾ ਵਸੀਲਾ ਕਿਉਂ, ਕੌਣ ਦੇ ਕੇ ਗਿਆ ਦੱਸ? ਰੱਬ ਤੇ ਪਤਾ, ਰੱਬ ਤੇ ਹੁਣ ਕਿੱਥੇ ਆਉਂਦਾ? ਮੇਰੇ ਜੀਜੇ ਆਇਆ ਸੀ ਤੁਹਾਡਾ ਸੰਦੂ। ਹਾਂ ਉਹ ਰੱਖੜੀ ਨਾ ਪਹਿਲਾਂ ਮੰਨੇ ਇਸ ਵਾਰੀ, ਤੇ ਵੀਰੇ ਨੇ ਮੇਰਾ ਸੂਟ ਵੀ ਭੇਜ ਹੀ ਦਿੱਤਾ। ਉਹ ਸੱਚ ਉਹਨੇ ਬਾਹਰਲੇ ਦੇਸ਼ ਜਾਣਾ ਨਾ, ਤਾਂ ਕਰਕੇ ਉਹ ਰੱਖੜੀ ਦੇ ਪਹਿਲਾਂ ਬੰਨਣ ਵਗ ਗਿਆ ਹੁਣ। ਆ ਸੂਟ ਤਾਂ ਬਹੁਤ ਸੋਹਣਾ ਹੈ ਵੀ ਮਹਿੰਗਾ ਲੱਗਦਾ। ਹਾਂ ਇੱਕ ਪੀਲੇ ਰੰਗ ਦਾ ਸੀਗਾ, ਜੀਜੇ ਨੇ ਨਾ ਮੈਨੂੰ ਪੱਕਾ ਪਤਾ ਜਾਣ ਕੇ ਆ ਸੂਟ ਦਿੱਤਾ ਵੀ ਰੀਤ ਇਹ ਸਵਾਲੂਗੀ, ਤੇ ਜਿਹੜਾ ਥੋੜਾ ਜਿਹਾ ਉਹ ਸੀਗਾ ਪੀਲਾ ਜਿਹਾ ਹਨਾ, ਚਿੱਟੀ ਦੀ ਕਢਾਈ ਵਾਲੀਆਂ ਬੂਟੀਆਂ ਸੀ, 5500 ਰੁਪਏ ਲਿਖਿਆ ਵੇ ਤੇ ਸੋਹਣਾ ਨਾ। ਇੰਨਾ ਲਾ ਤੇਰੇ ਵੀਰੇ ਨੇ ਇੰਨੇ ਪੈਸੇ ਕਿਉਂ ਲਾਤੇ? ਉਹ ਚੱਲ ਕੋਈ ਗੱਲ ਨਹੀਂ, ਉਹ ਵੀ ਬੋਲਾ ਹੀ ਆ, ਉਹਨੇ ਮੈਨੂੰ ਇੰਨੀ ਵਾਰੀ ਕਿਹਾ ਮੈਨੂੰ 500 ਤੋਂ ਵੱਧ ਕੋਈ ਚੀਜ਼ ਨਾ ਲੈ ਕੇ ਦੇ। ਲੈ ਉਹ ਤਾਂ ਹੀ ਉਹਨੇ ਪਹਿਲਾਂ ਲੈ ਕੇ ਦਿੱਤੇ ਆ, ਮੈਨੂੰ ਪਤਾ ਉਹ ਪਿਛਲੀ ਵਾਰ ਵੀ ਕਹੀ ਜਾਂਦਾ ਸੀ ਮੈਂ ਤੁਹਾਡੇ ਵਾਸਤੇ ਇੰਨੇ ਮਹਿੰਗੇ ਸੂਟ ਲਿਆਉਣੇ ਸੀ। ਸੋਹਣਾ ਲੱਗਦਾ? ਹਾਂ ਬਹੁਤ ਸੋਹਣਾ ਦਿੱਸੀ ਜਾਂਦਾ। ਚੱਲ ਚੰਗਾ, ਹੁਣ ਇਹਨੂੰ ਆਪਾਂ ਫਟਾਫਟ ਸਮਾਉਣੇ ਦੇ ਆਉਂਦੇ ਹਾਂ, ਠੀਕ ਆ? ਹਾਂ ਜੀ, ਹੁਣ ਇਹਦੀ ਲੋਨ ਵੀ ਆਊਗੀ, ਇਹ ਵੀ ਪੰਗਾ। ਲੈ ਇੰਨੇ ਕੇ ਪੈਸੇ ਤਾਂ ਹੈਗੇ ਮੇਰੇ ਕੋਲ, ਤਿੰਨਾਂ ਤਿੰਨ ਪੈ ਹੈਗੇ ਮੇਰੇ ਕੋਲ, ਵਧੋ 1000 ਰੁਪਏ ਲੱਗਣੇ, 1000 ਤਾਂ ਹੈਗਾ ਮੇਰੇ ਕੋਲ। ਇੰਨਾ ਨਹੀਂ ਲੱਗਦਾ, ਬਸ 400 ਦੀ ਸਮਾਈ ਹੈ, 200 ਦੀ ਲੋਨ ਹੋਊਗੀ, 600 ਰੁਪਏ। ਚਲ 600 ਰੁਪਏ ਮੈਂ ਤੈਨੂੰ ਲਿਆ ਦਿੰਦਾ, ਕੋਈ ਗੱਲ ਨਹੀਂ। ਚੰਗਾ, ਰੰਗ ਵੀ ਮੇਰੇ ਪਸੰਦ ਦਾ ਹੀ ਚੋਣੇ ਆ। ਇਹ ਕਿਹਦਾ ਸੂਟ ਚੱਕੀ ਬੈਠੀ ਆ? ਲੈ ਦੀਦੀ ਮੈਂ ਕਿਹਦਾ ਸੂਟ ਚੱਕਣਾ, ਮੇਰੇ ਭਰਾ ਨੇ ਭੇਜਿਆ, ਤੈਨੂੰ ਪਤਾ ਪੂਰੇ 5100 ਰੁਪਏ ਦਾ ਸੂਟ ਆ। ਲੱਗਦਾ ਤਾਂ ਹੈ ਨਹੀਂ ਸਸਤਾ ਜਿਹਾ ਹੋਊਗਾ ਕੋਈ, ਫੜ ਕੇ ਤਾਂ ਦੇਖੋ ਤੁਸੀਂ। 5500 ਦਾ ਕਿਹਦੇ ਹੱਥ ਭੇਜਿਆ? ਮੇਰੇ ਜੀਜੇ ਦੇ ਹੱਥ ਭੇਜਿਆ, ਭੈਣ ਮੇਰੀ ਨਾ ਪਹਿਲਾਂ ਚਲੇ ਗਈ ਸੀਗੀ। ਸੋਹਣਾ ਨਹੀਂ ਲੱਗਿਆ? ਸਸਤਾ ਜਿਹਾ ਤਾਂ ਹੈਗਾ, ਲੱਗਦਾ ਤਾਂ ਹੈ ਨਹੀਂ 500 ਦਾ। ਚੱਲ ਕੋਈ ਗੱਲ ਨਹੀਂ ਦੀਦੀ, ਇਹਦੇ ਉੱਪਰ ਰੇਟ ਲੱਗਿਆ ਹੋਇਆ 5100। ਰੇਟ ਤਾਂ ਮੈਂ ਲਾ ਦਿੰਦੀ ਹਾਂ, 500 ਦੀ ਚੀਜ਼ ਲਿਆ ਕੇ 7000 ਮੰਨ ਲਏਗੀ ਫਿਰ? ਓਹੋ ਕੋਈ ਨਾ ਦੀਦੀ, ਮੇਰੇ ਭਰਾ ਨੇ ਭੇਜਿਆ ਨਾ ਮੈਨੂੰ ਇੰਨੇ ਪਿਆਰ ਨਾਲ ਵੀ ਮੇਰੀ ਭੈਣ ਰੱਖੜੀ ਤੇ ਪਾ ਕੇ ਆਵੇ, ਚਾਹੇ ਨਾ 500 ਦਾ ਹੋਵੇ ਚਾਹੇ 5000 ਦਾ, ਮਾਣ ਦਾ ਤਾਂ ਧੱਕਾ ਹੀ ਬਹੁਤ ਹੁੰਦਾ। ਨਾਲੇ ਇਹ ਮੇਰੇ ਵਾਸਤੇ ਤਾਂ ਨਾ 5500 ਨੀ 51000 ਦਾ, ਲੋਕਾਂ ਦੇ ਮੇਣੇ ਤਾਂ ਨੀ ਸੁਣਨੇ ਪੈਣਗੇ ਕਿ ਤੂੰ ਮੇਰਾ ਸੂਟ ਪਾ ਕੇ ਲੈ ਗਈ ਸੀ। ਚੰਗਾ ਚੰਗਾ, ਫਿਰ 51000 ਵਾਲਾ ਲੱਗਦਾ ਨਾ ਸਵਾਲ ਆ ਇਹਨੂੰ, ਮੈਂ ਤਾਂ ਸਵਾਉਂਗੀ।
ਮੱਚ ਗਈ ਪੂਰਾ ਸੂਟ ਦੇਖ ਕੇ। ਇਹਨੂੰ ਐਵੇਂ ਆ ਵੀ ਇਹ ਸੋਹਣਾ ਵਾਲਾ ਲੱਗੂਗਾ ਰੀਤ ਦੇ, ਸੋਹਣਾ ਤਾਂ ਲੱਗੂਗਾ ਹੀ, ਮੇਰੇ ਭਰਾ ਨੇ ਜੋ ਭੇਜਿਆ। ਹਾਂਜੀ ਦੋਸਤੋ, ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਕਿਵੇਂ ਦੀ ਲੱਗੀ ਵੀਡੀਓ? ਜੇ ਵਧੀਆ ਲੱਗੀ ਕਮੈਂਟ ਕਰਨਾ, ਲਾਈਕ ਕਰਨਾ, ਸਬਸਕ੍ਰਾਈਬ ਕਰਨਾ। ਕਈ ਭਾਬੀਆਂ ਦੀ ਜਾਂ ਜਠਾਣੀਆਂ ਦੀ ਆਦਤ ਹੁੰਦੀ ਆ ਵੀ ਮੈਂ ਮਹਿੰਗੇ ਸੂਟ ਲਿਆਵਾਂ ਅਤੇ ਦੂਜਿਆਂ ਨੂੰ ਨੀਚਾ ਦਿਖਾਵਾਂ। ਇਹ ਆਦਤ ਵੀ ਬਦਲ ਲਓ, ਕਿਉਂਕਿ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ ਵੀ ਕਿਸੇ ਦਾ ਦਿਲ ਦੁੱਖ ਜੇ, ਬਹੁਤ ਦੁੱਖ ਲੱਗਦਾ ਹੈ ਕਿਉਂਕਿ ਕਿਸੇ ਨੂੰ ਪਹਿਲਾਂ ਘਾਟਾ ਪਿਆ ਹੁੰਦਾ। ਉੱਤੋਂ ਮਿਹਣੇ ਕਿਹੜੇ ਮਿਹਣੇ ਹੁੰਦੇ ਨਾ, ਇਹ ਬੜੇ ਤਕੜੇ ਚੀਜ਼ ਹੈ ਕਿਉਂਕਿ ਉਹਦੇ ਜ਼ਖਮ ਤਾਂ ਭਰ ਜਾਂਦੇ ਆ ਪਰ ਮਿਹਣੇ ਦੇ ਜ਼ਖਮ ਇਹ ਨਹੀਂ ਭਰਦੇ ਹੁੰਦੇ। ਤਾਂ ਹੀ ਵੀ ਕਿਸੇ ਨੂੰ ਮਿਹਣੇ ਨਹੀਂ ਦੇਣੇ ਚਾਹੀਦੇ, ਜੇ ਗਰੀਬੀ 'ਚ ਕਿਸੇ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ। ਜੇ ਆਪਾਂ ਮਦਦ ਨਹੀਂ ਕਰਨੀ ਕਰ ਸਕਦੇ ਅਤੇ ਮਿਹਣੇ ਵੀ ਨਾ ਦਿਓ। ਤਾਂ ਵੀਡੀਓ ਤੁਸੀਂ ਦੇਖਿਆ ਵੀ ਕਿਵੇਂ ਭਰਜਾਈ ਜਠਾਣੀ ਵੱਡੀ ਭਾਬੀ ਛੋਟੀ ਦਰਾਣੀ ਨੂੰ ਮਿਹਣੇ ਮਾਰਦੀ ਸੀ ਵੀ ਇਸ ਤਰ੍ਹਾਂ ਨਾ ਕਰਿਆ ਕਰੋ। ਜਿਹੜੇ ਵੀਰ ਸਾਨੂੰ ਕਮੈਂਟ ਕਰਦੇ ਆ ਅਸੀਂ ਉਹਨਾਂ ਦੇ ਨਾਮ ਬੋਲਣ ਲੱਗੇ ਹਾਂ। ਸਰਬਨ ਦਾਸ ਮਹਿਤਾ, ਓਮਕਰਨ ਸਿੰਘ, ਡਾਕਟਰ ਸੁਖਰਾਜ ਸਿੰਘ, ਬਲਦੇਵ ਸਿੰਘ, ਗੁਰਵੰਤ ਵਿਰਕ, ਬਲਦੇਵ ਸਿੰਘ, ਸੁਮਨ ਵਾਲਾ, ਸੁਰਿੰਦਰ ਸਿੰਘ ਮੋਗਾ, ਅਰੀਤ, ਸਤਵੰਤ ਕੌਰ, ਸਰਦਾਰ ਬਲਵਿੰਦਰ ਸਿੰਘ ਸਿੱਧੂ, ਹਵੀਨ ਚੌਹਾਨ, ਮਨਜੀਤ ਕੌਰ, ਮਨਿੰਦਰ ਕੌਰ, ਭੋਲਾ ਸਿੰਘ, ਹਰਵਿੰਦਰ ਸਿੰਘ, ਬੱਬਰ ਸਿੰਘ, ਗੋਪੀ ਸਿੰਘ, ਗੁਰਵੰਤ ਵਿਰਕ, ਸੁਮਨ ਬਾਲਾ ਤੇ ਸੰਜੇ ਸਿੰਘ ਤੇ ਮਨਜੀਤ ਕੌਰ ਗੁਰੂ। ਇਹਨਾਂ ਵੀਰਾਂ ਦਾ ਸਾਰਿਆਂ ਦਾ ਧੰਨਵਾਦ। ਇਸੇ ਤਰ੍ਹਾਂ ਕਮੈਂਟ ਕਰਦੇ ਰਿਹਾ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਹਰ ਰੋਜ਼ ਸਾਡੀ ਵੀਡੀਓ ਆਉਂਦੀ ਰਿਹਾ ਕਰੋ। ਇੱਕ ਦਿਨ ਛੱਡ ਕੇ ਜਾਂ ਡੇਲੀ ਵਾਂਗੂ ਵੀਡੀਓ ਆਉਂਦੀ ਰਿਹਾ ਕਰੋ ਤੇ ਇਸੇ ਤਰ੍ਹਾਂ ਸਾਨੂੰ ਪਿਆਰ ਦਿੰਦੇ ਰਿਹਾ ਕਰੋ। ਸਾਰਿਆਂ ਦਾ ਧੰਨਵਾਦ।